ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰ ਪ੍ਰਸਾਦਿ ਜਪ ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰ ਪ੍ਰਸਾਦਿ ਜਪ ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰ ਪ੍ਰਸਾਦਿ ਜਪ ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰ ਪ੍ਰਸਾਦਿ ਜਪ ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰ ਪ੍ਰਸਾਦਿ ਜਪ ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰ ਪ੍ਰਸਾਦਿ ਜਪ ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰ ਪ੍ਰਸਾਦਿ ਜਪ ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰ ਪ੍ਰਸਾਦਿ ਜਪ ਆਦਿ ਸੱਚ
ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਵੰ, ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਵੰ, ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਵੰ, ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਵੰ, ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਵੰ, ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਵੰ, ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਵੰ, ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ
अजूनी सैवं कुर पर सा जप आद सच जुगाद सच है भी सच नानक होसी भी सच एक ओंकार सतनाम करता पुरख निरपौ निरवैर अकाल मूरत अजूनी सैवं कुर पर सा जप आद सच जुगाद सच है भी सच नानक होसी भी सच एक ओंकार सतनाम करता पुरख निरपौ निरवैर अकाल मूरत अजूनी सैवं कुर पर सा जप आद सच जुगाद सच है भी सच नानक होसी भी सच एक ओंकार सतनाम करता पुरख निरपौ निरवैर अकाल मूरत अजूनी सैवं कुर पर सा जप आद सच जुगाद सच है भी सच नानक होसी भी सच एक ओंकार सतनाम करता पुरख निरपौ निरवैर अकाल मूरत अजूनी सैवं कुर पर सा जप आद सच जुगाद सच है भी सच नानक होसी भी सच एक ओंकार सतनाम करता पुरख निरपौ निरवैर अकाल मूरत अजूनी सैवं कुर पर सा जप आद सच जुगाद सच है भी सच नानक होसी भी सच एक ओंकार सतनाम करता पुरख निरपौ निरवैर अकाल मूरत अजूनी सैवं कुर पर सा जप आद सच जुगाद सच है भी सच नानक होसी भी सच एक ओंकार सतनाम करता पुरख निरपौ निरवैर अकाल मूरत अजूनी सैवं कुर पर सा जप आद सच जुगाद सच है भी सच नानक होसी भी सच एक ओंकार सतनाम करता पुरख
ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰ ਪ੍ਰਸਾਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰ ਪ੍ਰਸਾਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰ ਪ੍ਰਸਾਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰ ਪ੍ਰਸਾਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰ ਪ੍ਰਸਾਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰ ਪ੍ਰਸਾਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰ ਪ੍ਰਸਾਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰ ਪ੍ਰਸਾਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇੱਕ
ओंकार सतनाम करता पुरख निरपौ निरवैर अकाल मूरत अजूनी सैवं गुर पर सा जप आद सच जुगाद सच है भी सच नानक होसी भी सच एक ओंकार सतनाम करता पुरख निरपौ निरवैर अकाल मूरत अजूनी सैवं गुर पर सा जप आद सच जुगाद सच है भी सच नानक होसी भी सच एक ओंकार सतनाम करता पुरख निरपौ निरवैर अकाल मूरत अजूनी सैवं गुर पर सा जप आद सच जुगाद सच है भी सच नानक होसी भी सच एक ओंकार सतनाम करता पुरख निरपौ निरवैर अकाल मूरत अजूनी सैवं गुर पर सा जप आद सच जुगाद सच है भी सच नानक होसी भी सच एक ओंकार सतनाम करता पुरख निरपौ निरवैर अकाल मूरत अजूनी सैवं गुर पर सा जप आद सच जुगाद सच है भी सच नानक होसी भी सच एक ओंकार सतनाम करता पुरख निरपौ निरवैर अकाल मूरत अजूनी सैवं गुर पर सा जप आद सच जुगाद सच है जियो गजवज के फतेह बुलाओ जी वाहे गुरु जी का खालसा वाहे गुरु जी की फतेह आओ गुरु प्यारे सत्संग जियो सतगुरुआं दा बहुत बहुत धन्यवाद है जो ये घड़ियाँ सतगुरु जी ने बख्शिश कीतियां हन मनोबिरतियाँ चित एकागर कर लईए अरदास करिए सच्चे पातशाह मेहर दा छट्टा पाओ अपने नाम जपण वाले दा संग उन्हां दी प्रेरणा आप जी दीआं सीसां माण सकीए इन्हां घड़ियाँ दे राहीं बख्शिश करो महाराज अंदरला रस आ सके सुरत एकागर हो सके साडी ऐसी अरदास सतगुरु दे चरणां च करदिआं होइआं आओ जी गुरु चरणां नाल जुड़ना करिए धुर की बाणी जिन्हें धुर तक मिला देना है बाणी नूं सरवण करिए गुरु विचारा सुनीए अपना जीवन गुरु आश्रम मुताबिक तोड़ सकीए
ਆਓ ਇਹ ਅਸੀਸਾਂ ਗੁਰੂ ਕੋਲ ਮੰਗਦਿਆਂ ਹੋਇਆਂ ਗੁਰਬਾਣੀ ਨਾਲ ਜੁੜਨਾ ਕਰੀਏ ਜੀ। ਸਤਨਾਮ ਸ਼੍ਰੀ ਵਾਹੇ ਗੁਰੂ, ਸ਼੍ਰੀ ਵਾਹੇ ਗੁਰੂ, ਕਬੀਰ ਸੇਵਾ ਕੋ ਦੋਏ ਪਲੇ, ਇੱਕ ਸੰਤ ਇੱਕ ਰਾਮ, ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ, ਸੰਤ ਜਪਾਵੈ ਨਾਮ, ਸੰਤ ਜਪਾਵੈ ਨਾਮ, ਵਾਹਿਗੁਰੂ ਵਾਹੇ ਗੁਰੂ, 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 ਵਾਹਿਗੁਰੂ ਵਾਹੇ ਵਾਹਿਗੁਰੂ, 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 ਵਾਹਿਗੁਰੂ,
ਵਾਹਿਗੁਰੂ 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 ਕਰੋ ਨਮਸਕਾਰ ਭਗਤ ਜਨ ਤੁਰ ਮੁਖ ਲਾਵੋ ਕਰੋ ਨਮਸਕਾਰ ਭਗਤ ਜਨ ਤੁਰ ਮੁਖ ਲਾਵੋ ਭਗਤ ਕਰੈ ਸੰਤ ਮੰਡਲੀ ਜਬ ਭਗਤ ਕਰੈ ਸੰਤ ਮੰਡਲੀ ਤਿੰਨ ਮਿਲ ਹਰ ਗਾਵੋ ਗਾਵੋ ਤਿੰਨ ਮਿਲ ਹਰ ਗਾਵੋ ਗਾਵੋ ਤਿੰਨ ਮਿਲ ਹਰ ਗਾਵੋ ਨਮਸਕਾਰ ਭਗਤ ਜਨ ਤੂਰ ਮੁਖ ਲਾਵੋ ਲਾਵੋ ਤੂਰ ਮੁਖ ਲਾਵੋ ਪੱਗ ਪਖਲਾਵੋ ਜਲ ਟੋਵੋ ਇਹ ਸੀਸ ਕਰ ਕਰ ਪੱਗ ਪਖਲਾਵੋ ਬਾਰ ਜਾਓ ਲੱਖ ਬੇਰੀਆਂ ਦਰਸ ਪੇਖ ਜੀਵਾਵੋ ਕਰੈ ਸੰਤ ਮੰਡਲੀ ਜਬ ਭਗਤ ਕਰੈ ਸੰਤ ਮੰਡਲੀ ਤਿੰਨ ਮਿਲ ਹਰ ਗਾਵੋ ਗਾਵੋ ਤਿੰਨ ਮਿਲ ਹਰ ਗਾਵੋ ਗਾਵੋ ਤਿੰਨ ਮਿਲ ਹਰ ਗਾਵੋ ਕਰੋ ਨਮਸਕਾਰ ਭਗਤ ਜਨ ਜਨ ਤੂਰ
ਤੇ ਪਾਵੋ ਮੁਖਲਾ ਲਾਵੋ ਦੂਰ ਮੁਖਲਾ।
ਉਠਤ ਬੈਠਤ ਜਪੋ ਨਾਮ ਇਹੋ ਕਰਮ ਕਮਾਵੋ। ਉਠਤ ਬੈਠਤ ਜਪੋ ਨਾਮ ਇਹੋ ਕਰਮ ਕਮਾਵੋ। ਨਾਨਕ ਕੀ ਪ੍ਰਭ ਬੇਨਤੀ ਹਰ ਸ਼ਰਨ ਸਮਾਵੋ। ਬਾਬਾ ਆਨੰਦ ਸਿੰਘ ਜੀ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਧੰਨ ਧੰਨ ਬਾਬਾ ਆਨੰਦ ਸਿੰਘ ਜੀ। ਸ਼੍ਰਵਣੀ ਸੁਣੋ ਹਰ ਹਰ ਹਰੇ ਹਰ ਹਰ ਹਰੇ ਹਰ ਹਰ ਹਰੇ। ਸ਼੍ਰਵਣੀ ਸੁਣੋ ਹਰ ਹਰ ਹਰੇ ਹਰ ਹਰ ਹਰੇ ਜਸ ਗਾਵੋ ਠਾਕੁਰ 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 ਜਸ ਗਾਵੋ। ਸੰਤ ਚਰਨ ਕਰ ਸੀਸ ਧਰ ਸੰਤ ਚਰਨ ਕਰ ਸੀਸ ਧਰ ਹਰ ਨਾਮ ਤੇ ਆਵੋ ਹਰ ਨਾਮ ਤੇ ਆਵੋ ਹਰ ਨਾਮ ਤੇ ਆਵੋ ਹਰ ਨਾਮ ਤੇ ਆਵੋ। ਕਰ ਕਿਰਪਾ ਦਿਆਲ ਪ੍ਰਭ ਕਰ ਕਿਰਪਾ ਦਿਆਲ ਪ੍ਰਭ ਕਰ ਕਿਰਪਾ ਦਿਆਲ ਪ੍ਰਭ ਕਰ ਕਿਰਪਾ ਦਿਆਲ ਪ੍ਰਭ। ਇਹ ਨਿਧ ਸਿੱਧ ਪਾਵੋ ਪਾਵੋ ਇਹ ਨਿਧ ਸਿੱਧ ਪਾਵੋ। ਸੰਤ ਜਨਾ ਕੀ ਰੇਣੁਕਾ ਸੰਤ ਜਨਾ ਕੀ ਰੇਣੁਕਾ ਲੈ ਮਾਥੇ ਲਾਵੋ ਵਾਹਿਗੁਰੂ ਲੈ ਮਾਥੇ ਲਾਵੋ ਲੈ ਮਾਥੇ ਲਾਵੋ ਲੈ ਮਾਥੇ ਲਾਵੋ। ਬਾਬਾ ਆਨੰਦ ਸਿੰਘ ਜੀ ਬਾਬਾ ਆਨੰਦ ਸਿੰਘ ਜੀ ਬਾਬਾ ਆਨੰਦ ਸਿੰਘ ਜੀ ਬਾਬਾ ਆਨੰਦ ਸਿੰਘ ਜੀ। ਸੰਤ ਜਨਾ ਕੀ ਰੇਣੁਕਾ ਸੰਤ ਜਨਾ ਕੀ ਰੇਣੁਕਾ ਸੰਤ ਜਨਾ ਕੀ ਰੇਣੁਕਾ ਸੰਤ ਜਨਾ ਕੀ ਰੇਣੁਕਾ ਲੈ ਮਾਥੇ ਲਾਵੋ 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 ਲੈ ਮਾਥੇ ਲਾਵੋ।
ਵਾਹਿਗੁਰੂ, 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 ਭਗਤ ਕਰੈ ਸੰਤ ਮੰਡਲੀ, ਜਪ ਭਗਤ ਕਰੈ ਸੰਤ ਮੰਡਲੀ, ਤਿਨ ਮਿਲ ਹਰ ਗਾਹੋ, ਗਾਹੋ, ਤਿਨ ਮਿਲ ਹਰ ਗਾਹੋ, ਗਾਹੋ, ਤਿਨ ਮਿਲ ਹਰ ਗਾਹੋ, ਕਰੋ ਨਮਸਕਾਰ ਭਗਤ ਜਨ ਤੁਰ ਮੁਖ ਲਾਹੋ, ਭਗਤ ਕਰੇ ਸੰਤ ਮੰਡਲੀ, ਤਿੰਨ ਮਿਲ ਹਰ ਗਾਵੋ, ਨਮ ਕਰੋ ਨਮਸਕਾਰ ਭਗਤ ਜਨ ਤੂਰ ਮੁਖ ਲਾਵੋ। ਭਗਤ ਪਿਆਰੇ, ਪਰਮਾਤਮਾ ਦੇ ਬਹੁਤ ਪਿਆਰੇ, ਕਿਉਂਕਿ ਮਾਲਕ ਨੇ ਜਿਸ ਤਰ੍ਹਾਂ ਦੇ ਧਰਤੀ ਦੇ ਮਾਹੌਲ ਚੱਲਦੇ ਹੋਣ, ਆਪਣੇ ਭਗਤ ਜਨ ਧਰਤੀ 'ਤੇ ਭੇਜ ਕੇ ਅਤੇ ਨਾਮ ਜਪਣ ਵਾਸਤੇ ਉਹਨਾਂ ਦੀ ਡਿਊਟੀ ਲਗਾਈ ਹੁੰਦੀ ਹੈ। ਭਗਤ ਜਿੱਥੇ ਆਪ ਰੱਬ ਨਾਲ ਇੱਕਵੇਂ ਹਨ, ਉੱਥੇ ਸਾਰਿਆਂ ਦਾ ਭਲਾ ਕਰਦੇ ਹਨ ਕਿ ਸਾਰੇ ਉਸ ਪਰਮਾਤਮਾ ਦੇ ਨਾਮ ਨਾਲ ਜੁੜ ਜਾਣ, ਭਗਤੀ ਕਰਨ, ਕਿਉਂਕਿ ਪਰਮਾਤਮਾ ਨੇ ਭੇਜਿਆ ਹੀ ਹੈ ਸਾਨੂੰ, ਭਗਤੀ ਕਰਨ ਵਾਸਤੇ ਹੀ ਭੇਜਿਆ ਹੈ। ਲੇਕਿਨ ਜਦੋਂ ਧਰਤੀ 'ਤੇ ਇਨਸਾਨ ਆਉਂਦਾ ਹੈ, ਉਹ ਸਾਰੇ ਗੋਲ ਜਿਹੜੇ ਪਰਮਾਤਮਾ ਨਾਲ ਕੀਤੇ ਹੁੰਦੇ ਹਨ ਵਿਸਰ ਜਾਂਦਾ ਹੈ, ਅਤੇ ਜਿਹੜੀ ਕਲਯੁਗ ਦੀ ਮਾਇਆ ਹੈ ਇਹਦੇ ਵਿੱਚ ਪਰਮ ਜਾਂਦਾ ਹੈ। ਅਤੇ ਮੇਰੇ ਮਾਲਕ ਫਿਰ ਆਪਣੇ ਭਗਤ ਜਨ ਭੇਜ ਕੇ ਭੁੱਲੇ ਭਟਕਿਆਂ ਨੂੰ ਰਾਹ 'ਤੇ ਪਾਉਣ ਵਾਸਤੇ ਆਪਣੇ ਭਗਤਾਂ ਨੂੰ ਧਰਤੀ 'ਤੇ ਭੇਜਦੇ ਹਨ। ਬਾਬਾ ਆਨੰਦ ਸਿੰਘ ਜੀ ਛੋਟੇ ਹੁੰਦੇ ਤੋਂ ਹੀ ਲਿਵ ਪਰਮਾਤਮਾ ਨਾਲ ਹੀ ਲੱਗੀ ਸੀ, ਲੇਕਿਨ ਘਰ ਦੇ ਕੰਮਾਂ ਦੇ ਵਿੱਚ ਆਪਣੇ ਮਾਤਾ ਪਿਤਾ ਦਾ ਹੱਥ ਵੀ ਵਟਾਉਂਦੇ ਸਨ, ਪਰ ਉਹਦੇ ਵਿੱਚ ਖੁਦ ਨਹੀਂ ਸਨ, ਕਿਉਂਕਿ ਉਹਨਾਂ ਦਾ ਮਨ ਹੀ ਨਹੀਂ ਲੱਗਦਾ ਸੀ, ਉਹਨਾਂ ਦਾ ਮਨ ਹੀ ਪਰਮਾਤਮਾ ਦੇ ਨਾਲ ਜੁੜਿਆ ਸੀ, ਭਗਤੀ ਹੀ ਕਰਦੇ ਸਨ, ਅਤੇ ਭਗਤੀ ਵਿੱਚ ਹੀ ਕਹਿੰਦੇ ਉਹਨਾਂ ਦਾ ਜਦੋਂ ਮਨ ਕੰਮ ਵਿੱਚ ਨਹੀਂ ਲੱਗਾ, ਤਾਂ ਫਿਰ ਇੱਕ ਦਿਨ ਚੁੱਪ ਚੁੱਪੀਤੇ ਹੀ ਘਰੋਂ ਚੱਲੇ ਗਏ।
ਜੰਗਲਾਂ ਦੇ ਵਿੱਚ ਬੈਠ ਕੇ ਉਸ ਪਰਮਾਤਮਾ ਦੇ ਨਾਲ ਇੱਕਮਿਕ ਹੋ ਜਾਣਾ। ਨਹੀਂ ਤਾਂ ਕੋਈ ਛੋਟੀ ਉਮਰ ਹੋਵੇ ਜੰਗਲਾਂ ਦੇ ਵਿੱਚੋਂ ਲੰਘਣਾ ਵੈਸੇ ਹੀ ਬੱਚਾ ਡਰ ਜਾਂਦਾ ਹੈ, ਪਰ ਇਹਨਾਂ ਨੂੰ ਕਿਸੇ ਚੀਜ਼ ਦਾ ਖੌਫ ਨਹੀਂ, ਕਿਉਂਕਿ ਜਿਸ ਦੀ ਬੰਦਗੀ ਕਰ ਰਹੇ ਸਨ ਉਸਨੇ ਬੇਖੌਫ ਕੀਤਾ ਹੋਇਆ ਸੀ, ਅੰਦਰੂਨੀ ਬੇਖੌਫ ਸਨ, ਕਿਉਂਕਿ ਜੁੜੇ ਸਨ ਪਰਮਾਤਮਾ ਦੀ ਭਗਤੀ ਦੇ ਨਾਲ। ਫਿਰ ਇਹ ਪਹਿਲੇ ਦਰਬਾਰ ਸਾਹਿਬ ਗਏ, ਉੱਥੇ ਮੱਥਾ ਟੇਕਿਆ, ਉੱਥੋਂ ਫੁਰਨਾ ਇਹਨਾਂ ਦਾ ਬਣਿਆ, ਅਤੇ ਫਿਰ ਇਹ ਚਲੇ ਗਏ ਹਜ਼ੂਰ ਸਾਹਿਬ। ਹਜ਼ੂਰ ਸਾਹਿਬ ਜਾ ਕੇ ਇੰਨੀ ਮੇਰੇ ਮਾਲਕ ਦੀ ਕਿਰਪਾ ਕਿ ਇਹਨਾਂ ਨੂੰ ਜੋ ਰਾਤ ਨੂੰ ਗਾਗਰ ਗੋਦਾਵਰੀ ਤੋਂ ਭਰ ਕੇ ਲਿਆਉਂਦੇ ਹਨ ਉਸ ਦੀ ਸੇਵਾ ਮਿਲ ਗਈ। ਬੜੇ ਤਨ ਮਨ ਨਾਲ 12-20 ਤੇ ਕਹਿੰਦੇ ਇਹਨਾਂ ਨੇ ਆਪ ਇਸ਼ਨਾਨ ਕਰਕੇ ਗਾਗਰ ਚੁੱਕਣੀ ਅਤੇ ਗੋਦਾਵਰੀ 'ਤੇ ਚਲੇ ਜਾਣਾ, ਉੱਥੋਂ ਗਾਗਰ ਭਰ ਕੇ ਲਿਆਉਣੀ। ਫਿਰ ਗਾਗਰ ਦੀ ਸੇਵਾ ਕਰਦਿਆਂ ਕਰਦਿਆਂ ਨਿੰਕਾਰ ਵੱਲੋਂ ਇਹਨਾਂ ਨੂੰ ਫੁਰਨੇ ਦਿੱਤੇ ਜਾਂਦੇ ਹਨ ਮਹਾਂਪੁਰਖਾਂ, ਉੱਥੋਂ ਫੁਰਨਾ ਇਹਨਾਂ ਦਾ ਬਣਿਆ ਅਤੇ ਮਾਲਵੇ ਦੀ ਧਰਤੀ 'ਤੇ ਆ ਗਏ। ਫਿਰ ਇਹ ਦਮਦਮਾ ਸਾਹਿਬ ਗਏ, ਮੱਥਾ ਟੇਕਿਆ, ਉੱਥੋਂ ਇਹ ਲਹਿਰੇ ਖਾਨੇ ਚਲੇ ਗਏ। ਲਹਿਰੇ ਖਾਨੇ ਬਾਬਾ ਵਧਾਵਾ ਸਿੰਘ ਜੀ ਮਹਾਂਪੁਰਖ ਇਹਨਾਂ ਨੂੰ ਉੱਥੇ ਮਿਲੇ, ਉਹਨਾਂ ਕੋਲ ਰਹਿ ਕੇ ਇਹਨਾਂ ਨੇ ਬੰਦਗੀ ਕੀਤੀ। ਦੇਖੋ ਜਿਹੜੇ ਬੰਦਗੀ ਕਰਦੇ ਹਨ ਉਹ ਹੋਰ 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 ਮੰਗਦੇ ਹਨ, ਇਵੇਂ ਹੀ ਬਾਬਾ ਆਨੰਦ ਸਿੰਘ ਜੀ। ਜਿਵੇਂ ਜਿਵੇਂ ਭਗਤੀ ਵਧਦੀ ਜਾ ਰਹੀ ਹੈ ਹੋਰ ਦੀ ਖਾਹਿਸ਼ ਹੋ ਜਾਏ, ਹੋਰ ਉਸਦੇ ਰੰਗ ਵਿੱਚ ਰੰਗੇ ਜਾਂਦੇ ਹਨ। ਫਿਰ ਬਾਬਾ ਵਧਾਵਾ ਸਿੰਘ ਨੂੰ ਕਹਿੰਦੇ ਕਹਿੰਦੇ ਕੋਈ ਹੋਰ ਵੀ ਮੈਨੂੰ ਮਿਲੇ ਮਹਾਂਪੁਰਖ ਜਿਹੜੇ ਮੈਨੂੰ ਹੋਰ ਬੰਦਗੀ ਕਰਨੀ ਸਿਖਾਉਣ, ਅਤੇ ਕਹਿੰਦੇ ਫਿਰ ਬਾਬਾ ਵਧਾਵਾ ਸਿੰਘ ਜੀ ਨੇ ਇਹਨਾਂ ਨੂੰ ਬਾਬਾ ਮਹਾਰਨਾਮ ਸਿੰਘ ਜੀ ਕੋਲ ਲੈ ਗਏ। ਫਿਰ ਜੋ ਉਹਨਾਂ ਮਹਾਂਪੁਰਖਾਂ ਨੇ ਘੜਿਆ ਬੜੀ ਕਠਿਨ ਬੰਦਗੀ ਕਰਵਾਈ, ਬੜੀ ਕਠਿਨ। ਕਹਿੰਦੇ ਪਹਿਲੇ ਪੁੱਛਿਆ ਕਿ ਕਿੰਨੇ ਕਿੰਨੇ ਘੰਟੇ ਦੀ ਬੰਦਗੀ ਹੈ, ਅਤੇ ਕਹਿੰਦੇ 11 ਘੰਟੇ ਦਿਨ ਦੀ ਅਤੇ 11 ਘੰਟੇ ਰਾਤ ਦੀ। ਅਤੇ ਮਹਾਂਪੁਰਖਾਂ ਇਹ ਖੁਸ਼ ਨਹੀਂ ਹੋਏ ਵੀ 22 ਘੰਟੇ ਦੀ ਭਗਤੀ ਕਰਕੇ, ਕਹਿੰਦੇ ਜਿਹੜੇ ਉਹ 2 ਘੰਟੇ ਹਨ ਉਹ ਕਿੱਥੇ ਵਿਅਰਥ ਗਵਾ ਦਿੱਤੇ। ਮਹਾਂਪੁਰਖਾਂ ਦੇਖੋ ਕਿੰਨੀ ਕਿਰਪਾ ਵੀ ਹੁੰਦੀ ਹੈ, ਕਿਉਂਕਿ ਅੰਦਰੋਂ ਕਿਰਪਾ ਹੈ, ਪਤਾ ਹੈ ਮਹਾਂਪੁਰਖ ਭੁੱਲੇ ਥੋੜ੍ਹੇ ਨੇ ਵੀ ਇਹ ਬੰਦਗੀ ਵਾਲੀ ਹੀ ਰੂਹ ਮੇਰੇ ਕੋਲ ਆਈ ਹੈ। ਪਰ ਫਿਰ ਵੀ ਨੀਂਦ ਨੂੰ ਜਿੱਤਣ ਵਾਸਤੇ ਉਹ 2 ਘੰਟੇ ਵੀ ਨਹੀਂ ਦਿੱਤੇ, ਵੀ ਇਹ ਵੀ 2 ਘੰਟੇ ਨੀਂਦ ਨੂੰ ਜਿੱਤਣਾ ਹੈ। ਇੱਥੋਂ ਤੱਕ ਕਿ ਕਹਿੰਦੇ ਛੱਪੜ ਦੇ ਉੱਤੇ ਜਿਹੜਾ ਪਿੱਪਲ ਦਾ ਦਰਖਤ ਹੈ ਰਾਤ ਨੂੰ ਉੱਥੇ ਬੈਠ ਕੇ ਬੰਦਗੀ ਕਰਨੀ ਹੈ, ਜੇ ਨੀਂਦ ਦਾ ਚੌਂਕਾ ਆ ਜਾਂਦਾ ਹੈ ਤਾਂ ਉਸ ਲਈ ਫਿਰ ਥੱਲੇ ਡਿੱਗਦੇ ਛੱਪੜ ਦੇ ਵਿੱਚ, ਅਤੇ ਫਿਰ ਬਾਹਰ ਨਿਕਲਦੇ ਫਿਰ ਜਾ ਕੇ ਦਰਖਤ 'ਤੇ ਬਹਿ ਜਾਂਦੇ। ਇੰਨੀ ਕਰੜੀ ਕਾਲ ਮਹਾਂਪੁਰਖਾਂ ਨੇ ਵੀ ਕਰਵਾਈ ਇੱਕ ਨੀਂਦ ਨੂੰ ਜਿੱਤਣ ਵਾਸਤੇ। ਦੇਖੋ ਫਿਰ ਮਾਲਕ ਨੇ ਕਿਰਪਾ ਕੀਤੀ ਮਹਾਂਪੁਰਖਾਂ ਦਾ ਸੰਗ, ਆਪ ਹੀ ਬੰਦਗੀ ਵਾਲੇ, ਅਤੇ ਫਿਰ ਪਰਮਾਤਮਾ ਦੀ ਕਿਰਪਾ। ਕਹਿੰਦੇ ਜਦੋਂ ਬੰਦਗੀ ਕਰਨੀ ਅਤੇ ਛਪਾਕ ਦੀ ਆਵਾਜ਼ ਆਉਣੀ, ਜਦੋਂ ਕਿਤੇ ਅੱਖ ਲੱਗ ਜਾਣੀ ਅਤੇ ਛੱਪੜ ਦੇ ਵਿੱਚ ਡਿੱਗ ਜਾਣਾ। ਕਹਿੰਦੇ ਫਿਰ ਉੱਥੇ ਦੀਆਂ ਸੰਗਤਾਂ ਨੇ ਬਾਬਾ ਜੀ ਕੋਲ ਆ ਕੇ ਕਿਹਾ
ਕਿ ਰਾਤ ਨੂੰ ਇੱਥੇ ਪਤਾ ਨਹੀਂ ਕੀ ਹੁੰਦਾ ਹੈ ਕਿ ਬੜੀਆਂ ਛਪਾਕ ਛਪਾਕ ਦੀਆਂ ਆਵਾਜ਼ਾਂ ਆਉਂਦੀਆਂ ਹਨ। ਅਤੇ ਫਿਰ ਮਹਾਂਪੁਰਖਾਂ ਨੇ ਕਿਹਾ ਕਿ ਹੁਣ ਕੁਛ ਲੋਕ ਜਾਣਗੇ ਹਨ, ਇਸ ਕਰਕੇ ਹੁਣ ਤੁਸੀਂ ਇੱਥੇ ਨਹੀਂ ਰਹਿਣਾ। ਫਿਰ ਉਹ ਦੂਸਰੇ ਸਥਾਨਾਂ 'ਤੇ ਭੇਜ ਦਿੰਦੇ ਸਨ ਅਤੇ ਤੁਰ ਫਿਰ ਕੇ ਬੰਦਗੀ ਕਰੋ। ਸੱਤ ਬਚਨ ਦੀ ਪੜ੍ਹਾਈ। ਅਤੇ ਜ਼ਿਲ੍ਹੇ ਬੰਦਗੀ ਕਰਦੇ ਕਰਦੇ ਉਹ 2 ਘੰਟੇ ਵੀ ਜਿਹੜੇ 24 ਘੰਟੇ 'ਚ ਰਹਿ ਗਏ ਸਨ, ਉਸ 'ਤੇ ਵੀ ਜਦੋਂ ਫਤਿਹ ਪਾ ਲਈ ਅਤੇ ਮੇਰੇ ਪਰਮਾਤਮਾ ਦੇ ਨਾਲ ਇੱਕ ਮਿਕ ਤਾਂ ਹੈ ਹੀ ਸਨ, ਹੋਰ ਇੱਕ ਮਿਕ ਹੋ ਗਏ। ਇਹ ਹਨ ਮਹਾਂਪੁਰਖਾਂ ਦੀ, ਇਹ ਨਹੀਂ ਕਿ ਉਹ ਦੂਸਰਿਆਂ ਨੂੰ ਤਕੀਦ ਕਰਦੇ ਹਨ ਨਾਮ ਜਪਣ ਵਾਸਤੇ। ਪਹਿਲੇ ਆਪ ਕਾਲਣਾ ਕਾਲੀਆਂ ਹਨ, 24 ਘੰਟੇ ਉਸ ਪਰਮਾਤਮਾ ਦੇ ਰੰਗ ਵਿੱਚ ਰਚੇ ਹਨ। ਬਹੁਤ ਥੋੜ੍ਹਾ ਖਾਣਾ ਅਤੇ ਘੱਟ ਹੀ ਸੋਣਾ। ਸੌਣ 'ਤੇ ਵੀ ਜਦੋਂ ਸਾਰੀ ਨੀਂਦ 'ਤੇ ਜਿੱਤ ਪੈ ਗਈ, 8 ਪਹਿਰ ਉਸ ਪਰਮਾਤਮਾ ਦੇ ਰੰਗ ਦੇ ਵਿੱਚ ਰੰਗੇ ਹਨ, 8 ਪਹਿਰ ਉਸ ਪਰਮਾਤਮਾ ਦਾ ਧਿਆਨ। ਅਤੇ ਜਿਸ ਦਾ ਧਿਆਨ 8 ਪਹਿਰ ਉਸ ਪਰਮਾਤਮਾ ਦੇ ਨਾਲ ਹੈ, ਅਤੇ ਫਿਰ ਪਰਮਾਤਮਾ ਵੱਲੋਂ ਕਿੰਨੀਆਂ ਬਖਸ਼ਿਸ਼ਾਂ ਝੋਲੀ 'ਚ ਪੈਂਦੀਆਂ ਹਨ। ਪਰਮਾਤਮਾ ਕਿੰਨਾ ਪਿਆਰ ਕਰਦਾ ਹੈ ਆਪਣੇ ਭਗਤ ਨੂੰ। ਜਿਹੜਾ ਭਗਤ 1 ਮਿੰਟ ਵੀ ਆਪਣੇ ਸਾਈਂ ਨੂੰ ਨਹੀਂ ਵਿਸਾਰਦਾ, 1 ਸਕਿੰਟ ਵੀ ਨਹੀਂ ਵਿਸਾਰਦਾ, ਅਤੇ ਫਿਰ ਕਿੰਨੀਆਂ ਬਖਸ਼ਿਸ਼ਾਂ ਝੋਲੇ 'ਚ ਪੈ ਜਾਂਦੀਆਂ। ਫਿਰ ਪਰਮਾਤਮਾ ਦੇ ਵਿੱਚ ਅਤੇ ਉਹਨਾਂ ਭਗਤਾਂ 'ਚ ਤਾਂ ਕੋਈ ਫਰਕ ਹੀ ਨਹੀਂ, ਕਿਉਂਕਿ ਪਰਮਾਤਮਾ ਨੇ ਆਪਣਾ ਹੀ ਰੂਪ ਦੇ ਕੇ ਧਰਤੀ 'ਤੇ ਭੇਜਿਆ ਹੁੰਦਾ ਹੈ ਦੁਨੀਆਂ ਨੂੰ ਨਾਮ ਦੇ ਨਾਲ ਜੋੜਨ ਵਾਸਤੇ, ਦੁਨੀਆਂ ਨੂੰ ਉਸ ਪਰਮਾਤਮਾ ਦੇ, ਜੋ ਕਿ ਦੁਨੀਆਂ ਭੁੱਲ ਚੁੱਕੀ ਹੁੰਦੀ ਹੈ, ਉਸ ਪਰਮਾਤਮਾ ਦੇ ਨਾਮ ਨਾਲ ਜੋੜਨ ਵਾਸਤੇ। ਇੱਕ ਵਾਰ ਜਦੋਂ ਬਾਬਾ ਆਨੰਦ ਸਿੰਘ ਜੀ ਹੁਣ ਕਲੇਰਾਂ ਨਾਨਕ ਸਾਹਿਬ ਭਗਤੀ ਵਿੱਚ ਅਤੇ ਸਤਿਕਾਰ, ਅੱਤ ਦਾ ਸਤਿਕਾਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਕਿਉਂਕਿ ਗੁਰੂ ਨਾਨਕ ਸਾਹਿਬ ਦੇ ਦਰਸ਼ਨ 'ਤੇ ਇਹਨਾਂ ਨੂੰ ਫਿਰੋਜ਼ਪੁਰ ਦੀ ਧਰਤੀ ਜਿੱਥੇ ਬਾਬਾ ਜਵਾਨ ਸਿੰਘ ਜੀ ਅਤੇ ਬਾਬਾ ਆਨੰਦ ਸਿੰਘ ਜੀ ਕਹਿੰਦੇ ਜਦੋਂ ਪ੍ਰਸ਼ਾਦਾ ਤਿਆਰ ਕਰਕੇ ਅੱਗੇ ਭੋਗ ਲਾਉਣ ਵਾਸਤੇ ਰੱਖਣਾ, ਅਤੇ ਇਤਨੇ ਪਿਆਰ ਵਿੱਚ ਆ ਜਾਂਦੇ ਸਨ ਕਿ ਪ੍ਰਤੱਖ ਦਰਸ਼ਨ ਮੰਗਦੇ ਸਨ ਪ੍ਰਤੱਖ। ਅਤੇ ਉਸ ਜਗ੍ਹਾ 'ਤੇ ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਪ੍ਰਤੱਖ ਦਰਸ਼ਨ ਦਿੱਤੇ 7ਵੇਂ ਦਿਨ। 7 ਦਿਨ ਥਾਲਾ ਭੋਜਨ ਦਾ ਸਜਾਉਂਦੇ ਰਹੇ, ਅਤੇ ਫਿਰ ਇੱਥੇ ਦਾ ਕਹਿਤਾ ਸੀ ਕਿ ਮੇਰੇ ਗੁਰੂ ਨਾਨਕ ਜਦ ਤੱਕ ਤੁਸੀਂ ਨਹੀਂ ਛਕੋਗੇ, ਅਸੀਂ ਵੀ ਕੁਛ ਨਹੀਂ ਛਕਾਂਗੇ। ਭਗਤਾਂ ਦੇ ਵੱਸ ਹੋ ਕੇ ਰੱਬ ਨੂੰ ਵੀ ਦਰਸ਼ਨ ਦੇਣੇ ਪਏ ਪ੍ਰਤੱਖ ਰੂਪ ਵਿੱਚ। ਪ੍ਰਤੱਖ ਰੂਪ ਵਿੱਚ ਦਰਸ਼ਨ ਕੀਤੇ ਬਾਬਾ ਜਵਾਨ ਸਿੰਘ ਜੀ ਅਤੇ ਬਾਬਾ ਆਨੰਦ ਸਿੰਘ ਜੀ, ਅਤੇ ਫਿਰ ਮੰਗਿਆ ਕਿ ਮੈਨੂੰ ਆਪਣਾ ਬਣਾ ਲਓ, ਇਹ ਮੰਗਿਆ। ਬਣਾ ਤਾਂ ਲਿਆ ਮਾਲਕ ਨੇ ਆਪਣਾ, ਪਰ ਫਿਰ ਵੀ ਮੰਗ ਇਹੀ ਰੱਖੀ ਮੈਨੂੰ ਆਪਣਾ ਬਣਾ ਲਓ, ਕਿਉਂਕਿ ਜਿਹਨੂੰ ਆਪਣਾ ਬਣਾਇਆ ਉਹਨੂੰ ਹੀ ਦਰਸ਼ਨ ਦਿੱਤੇ, ਉਸਦੇ ਪਿਆਰ ਨੂੰ ਵੇਖ ਕੇ ਹੀ ਆਪਣੇ ਦਰਸ਼ਨ ਗੁਰੂ ਨਾਨਕ ਨੇ ਦਿੱਤੇ ਸਨ। ਫਿਰ ਜਦੋਂ ਇਹ ਨਾਨਕਸਰ ਦੀ ਧਰਤੀ ਕਲੇਰਾਂ ਵਿਖੇ ਬਾਬਾ ਜੀ ਵਿਰਾਜਮਾਨ ਹਨ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੱਤ ਦਾ ਸਤਿਕਾਰ, ਪਹਿਲੇ ਗੁਰੂ ਨਾਨਕ ਦੇ ਪਹਿਲੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉੱਚੇ ਅਸਥਾਨ 'ਤੇ ਪ੍ਰਕਾਸ਼,
ਫਿਰ ਥੋੜ੍ਹਾ ਜਿਹਾ ਨੀਵਾਂ ਰਾਗੀ ਸਿੰਘਾਂ ਦੇ ਵਾਸਤੇ ਅਸਥਾਨ, ਫਿਰ ਸੰਗਤਾਂ ਦਾ, ਅਤੇ ਫਿਰ ਟੋਇਆ ਪੁੱਟ ਕੇ ਆਪਣਾ ਅਸਥਾਨ, ਸਭ ਤੋਂ ਨੀਚੇ ਬੈਠਣਾ। ਇੰਨੀ ਕਮਾਈ ਹੁੰਦਿਆਂ, ਇੰਨੇ ਰੱਬ ਦੇ ਪਿਆਰੇ ਹੁੰਦਿਆਂ ਆਪਣੇ ਆਪ ਨੂੰ ਹਰ ਵਕਤ ਨੀਵਾਂ ਜਾਣਨਾ। ਸੰਗਤ ਤੋਂ ਵੀ ਉੱਤੇ ਨਹੀਂ ਸੀ ਬੈਠਦੇ, ਸੰਗਤ ਦੇ ਬਰਾਬਰ ਵੀ ਨਹੀਂ ਸੀ ਬੈਠਦੇ, ਬਲਕਿ ਨੀਵਾਂ ਹੋ ਕੇ ਬੈਠਦੇ ਸਨ। ਕਿੰਨੇ ਗੁਣ, ਕਿੰਨੇ ਉਹਨਾਂ ਦੇ ਵਿੱਚ ਇਹ ਗੁਣ ਕਿ ਮੈਂ ਸੰਗਤ ਦੇ ਬਰਾਬਰ ਵੀ ਨਹੀਂ ਹਾਂ, ਆਪਣੇ ਆਪ ਨੂੰ ਨੀਵਾਂ ਜਾਣ। ਇਹ ਹਨ ਪਿਆਰੇ, ਉਸ ਗੁਰੂ ਦੇ ਪਿਆਰੇ। ਕਹਿੰਦੇ ਇੱਕ ਵਾਰ ਇਹਨਾਂ ਕੋਲ ਇੱਕ ਧੰਨਾ ਸਿੰਘ ਨਾਮ ਦੇ ਸੱਜਣ ਆਏ, ਆਏ ਦਰਸ਼ਨ ਕੀਤੇ। ਹੁਣ ਉਹਨਾਂ ਦਾ ਕੀ ਸੀ ਕਿ ਜਿਹੜੀ ਸੇਵਾ ਵੇਖਣੀ ਉਹ ਕਰਨੀ ਸ਼ੁਰੂ ਕਰ ਦੇਣੀ, ਕਦੀ ਝਾੜੂ ਦੇ ਦੇਣਾ, ਕਦੀ ਭਾਂਡੇ ਮਾਂਜ ਦੇਣੇ, ਕੋਈ ਚੀਜ਼ ਹੋਣੀ ਉਹਨਾਂ ਨੇ ਜੋ ਸੇਵਾ ਦੇਖਣੀ ਅਤੇ ਕਰ ਦੇਣੀ। ਹੁਣ ਇੱਕ ਦਿਨ ਮਨ ਵਿੱਚ ਉਹਨਾਂ ਦਾ ਇੱਕ ਹੁਰਨਾ ਆਇਆ, ਕਹਿੰਦੇ ਮਹਾਂਪੁਰਖਾਂ ਕੋਲ ਬੇਨਤੀ ਕਰਦੇ ਹਾਂ ਵੀ ਬੱਚੇ ਵਿਆਹੇ ਜਾਣ ਅਤੇ ਮੈਂ ਇੱਥੇ ਹੀ ਸੇਵਾ ਵਿੱਚ ਆ ਜਾਵਾਂ। ਹੁਰਨਾ ਤਾਂ ਚੰਗਾ ਸੀ ਉਹਨਾਂ ਦਾ ਵੀ, ਪਰ ਮਹਾਂਪੁਰਖ ਜਿਹੜੇ ਸਭ ਦੀਆਂ ਅੰਦਰਲੀਆਂ ਫਿਰ ਜਾਣਨ ਲੱਗ ਪੈਂਦੇ ਹਨ, ਜਦੋਂ ਗੁਰੂ ਨਾਨਕ ਕਿਰਪਾ ਕਰਨ ਫਿਰ ਉਹ ਸਭ ਦੀਆਂ ਅੰਦਰ ਦੀਆਂ ਵੀ ਜਾਣਦੇ ਹਨ। ਕਹਿੰਦੇ ਜਦੋਂ ਉਹ ਫੁਰਨਾ ਲੈ ਕੇ ਅਤੇ ਬੈਠੇ ਅਤੇ ਕਹਿੰਦੇ ਉਸ ਦਿਨ ਕਥਾ ਦੇ ਵਿੱਚ ਮਹਾਂਪੁਰਖ ਸਮਝਾ ਰਹੇ ਸਨ ਕਥਾ ਦੇ ਵਿੱਚ ਸੰਗਤ ਨੂੰ, ਕਹਿੰਦੇ ਬਹੁਤੇ ਫੁਰਨੇ ਨਹੀਂ ਬਣਾਏ ਤਾਂ, ਜਦੋਂ ਬਹੁਤੇ ਫੁਰਨੇ ਬਣਦੇ ਹਨ ਤਾਂ ਸਾਨੂੰ ਵੀ ਹਲਚਲ ਹੁੰਦੀ ਹੈ। ਕਰਨਾ ਤਾਂ ਉਸ ਨਿਰੰਕਾਰ ਨੇ ਹੈ ਜੋ ਕਰਨਾ ਹੈ, ਅਤੇ ਇਸ ਫੁਰਨਿਆਂ ਦੇ ਵਿੱਚ ਨਾ ਪੈ ਕੇ ਉਸ ਪਰਮਾਤਮਾ ਦਾ ਭਜਨ ਕਰੋ, ਉਸ ਪਰਮਾਤਮਾ ਦੀ ਬੰਦਗੀ ਕਰੋ। ਜਦੋਂ ਭਜਨ ਕਰੋਗੇ, ਬੰਦਗੀ ਕਰੋਗੇ, ਤਾਂ ਮਾਲਕ ਆਪੇ ਸਾਰੇ ਫੁਰਨੇ ਜਿਹੜੇ ਤੁਸੀਂ ਤੁਹਾਡੇ ਮਨ 'ਚ ਆਏ ਹੁੰਦੇ ਹਨ ਪੂਰੇ ਕਰ ਦਿੰਦਾ ਹੈ। ਹੁਣ ਉਹਨਾਂ ਨੂੰ ਆਪਣਾ ਜਵਾਬ ਤਾਂ ਮਿਲ ਗਿਆ, ਪਰ ਮਨ ਦੇ ਵਿੱਚ ਨਾਲ ਇੱਕ ਥੋੜ੍ਹੀ ਜਿਹੀ ਇਹ ਵੀ ਸ਼ੰਕਾ ਹੋ ਗਈ। ਕਹਿੰਦੇ ਜੇ ਮਹਾਂਪੁਰਖਾਂ ਕੋਲ ਫੁਰਨਾ ਵੀ ਨਹੀਂ ਆਪਣਾ ਕੋਈ ਦੱਸਣਾ, ਕੋਈ ਬੇਨਤੀ ਵੀ ਨਹੀਂ ਕਰਨੀ, ਤਾਂ ਫਿਰ ਤਾਂ ਅਸੀਂ ਆਪਣੇ ਘਰ ਹੀ ਚਲੇ ਜਾਂਦੇ ਹਾਂ, ਉੱਥੇ ਆਪਣੀ ਖੇਤੀਬਾੜੀ ਕਰਦੇ ਹਾਂ, ਆਪਣਾ ਕਾਰੋਬਾਰ ਕਰਦੇ ਹਾਂ, ਖਾਂਦੇ ਹਾਂ ਅਤੇ ਆਰਾਮ ਕਰਦੇ ਹਾਂ। ਫਿਰ ਜੇ ਇੱਥੇ ਮਹਾਂਪੁਰਖਾਂ ਦੇ ਕੋਲ ਅਸੀਂ ਕੁਝ ਆਪਣਾ ਦੱਸਣਾ ਵੀ ਨਹੀਂ, ਉਹਨਾਂ ਕੋਈ ਸੁਣਨਾ ਵੀ ਨਹੀਂ, ਇਹ ਹੈ ਅਣਜਾਣਪੁਣਾ। ਮਹਾਂਪੁਰਖ ਕਿਸ ਪਾਸੇ ਲਾਉਣਾ ਚਾਹੁੰਦੇ ਹਨ ਪਰ ਆਮ ਬੰਦਾ ਨਹੀਂ ਦੇਖ ਸਕਦਾ। ਕਹਿੰਦੇ ਪਰ ਉਹ ਇੱਕ ਦੋ ਤਿੰਨ ਦਿਨ ਨਹੀਂ ਆਇਆ ਅਤੇ ਹੁਣ ਮੇਰੇ ਅਕਾਲ ਪੁਰਖ ਧੰਨ ਗੁਰੂ ਨਾਨਕ ਜੀ ਸਭ ਕੁਝ ਜਾਣਦੇ ਹਨ। ਕਹਿੰਦੇ ਰਾਤ ਸੁਪਨੇ ਦੇ ਵਿੱਚ ਉਹਨਾਂ ਨੂੰ ਇੱਕ ਫੁਰਨਾ ਜਿਹਾ ਬਣਾ ਕੇ ਭੇਜਿਆ ਬਈ ਮਹਾਂਪੁਰਖਾਂ ਨੂੰ ਕਿਸੇ ਚੀਜ਼ ਦੀ ਕੋਈ ਪੁੱਛ ਨਹੀਂ ਕਰਨੀ, ਭਜਨ ਬੰਦਗੀ ਕਰਨੀ ਹੈ। ਜਦੋਂ ਤੁਹਾਨੂੰ ਕਿਸੇ ਚੀਜ਼ ਦੀ ਲੋੜ ਪਵੇ ਤਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਆ ਕੇ ਆਪਣਾ ਫੁਰਨਾ ਉੱਥੇ ਰੱਖਿਆ, ਫਿਰ ਅਸੀਂ ਆਪੇ ਤੇਰਾ ਫੁਰਨਾ ਪੂਰਾ ਕਰ ਦਾਂਗੇ। ਇਹ ਉਹਨੂੰ ਸੁਪਨੇ ਦੇ ਵਿੱਚ
ਕੋਈ ਚੀਜ਼ ਦਿਖਾਈ ਇਸ ਤਰ੍ਹਾਂ ਦਿੱਤੀ। ਕਹਿੰਦੇ ਦੂਸਰੇ ਦਿਨ ਹੀ ਫਿਰ ਆਪਣੀ ਸੇਵਾ 'ਤੇ ਆ ਗਿਆ। ਸੇਵਾ 'ਤੇ ਆ ਕੇ ਇਹ ਸੇਵਾ ਕਰਨ ਲੱਗ ਪਿਆ। ਹੁਣ ਇਹਦੀ ਜਿਹੜਾ ਫੁਰਨਾ ਸੀ ਉਹ ਨਿਰੰਕਾਰ ਨੇ ਸੁਣ ਲਿਆ। ਕਹਿੰਦੇ ਇਹਦੇ ਸਾਰੇ ਬੱਚੇ ਵਿਆਏ ਗਏ, ਹੌਲੀ ਹੌਲੀ ਕਰਕੇ ਬੱਚੇ ਵਿਆਏ ਗਏ। ਅਤੇ ਜਿਹੜਾ ਇਹਦਾ ਵੱਡਾ ਉਹ ਵੀ ਨਾਨਕ ਸਾਰੀ ਆ ਗਿਆ। ਅਤੇ ਉਹਨੇ ਮਹਾਂਪੁਰਖਾਂ ਕੋਲੋਂ ਜੋ ਸੁਖਮਨੀ ਸਾਹਿਬ ਸੇਵਾ ਹੁੰਦੀ ਸੀ ਉਹਦੇ ਵਿੱਚ ਆਪਣਾ ਹਿੱਸਾ ਲੈ ਲਿਆ। ਹੁਣ ਉਹ ਵੀ ਉੱਥੇ ਹੀ ਸੇਵਾ ਕਰ ਰਿਹਾ ਹੈ ਪਾਠ ਦੀ। ਅਤੇ ਜਿਹੜਾ ਪਿਤਾ ਹੈ ਉਹ ਵੀ ਆਪਣੀ ਸੇਵਾ ਕਰ ਰਿਹਾ ਹੈ। ਕੁਛ ਦਿਨ ਬੀਤੇ ਅਤੇ ਕੋਈ ਇਹਨਾਂ ਦੇ ਪਰਿਵਾਰ ਦੇ ਵਿੱਚ ਦੋ ਧਿਰਾਂ ਦੀ ਲੜਾਈ ਹੋ ਗਈ। ਲੜਾਈ ਹੋਈ, ਹੁਣ ਉਸਦੇ ਵਿੱਚ ਕਸੂਰ ਇਹਦੇ ਪੁੱਤਰਾਂ ਦਾ ਜ਼ਿਆਦਾ ਸੀ ਕਿਉਂਕਿ ਦੂਜੀ ਧਿਰ ਨੂੰ ਸੱਟਾਂ ਜ਼ਿਆਦਾ ਲੱਗ ਗਈਆਂ। ਕਹਿੰਦੇ ਜਦੋਂ ਇਹਨੂੰ ਪਤਾ ਲੱਗਾ ਇਹ ਉੱਥੇ ਗਿਆ ਅਤੇ ਉੱਥੋਂ ਉਹਦੇ ਮੁੰਡਿਆਂ ਨੂੰ ਪੁਲਿਸ ਥਾਣੇ ਲੈ ਆਈ। ਹੁਣ ਇਹਨੂੰ ਕੋਈ ਹੋਰ ਰਸਤਾ ਤਾਂ ਮਿਲਿਆ ਨਹੀਂ, ਇਹਨੇ ਬਾਬਾ ਜੀ ਕੋਲ ਹੀ ਆਉਣਾ ਸੀ। ਪਰ ਹੁਣ ਇਹ ਕਹਿੰਦਾ ਹੈ ਕਿ ਮਹਾਰਾਜ ਦੇ ਅੱਗੇ ਬੇਨਤੀ ਕਰਨ ਤੋਂ ਵੀ ਡਰ ਲੱਗਦਾ ਹੈ। ਇਹ ਉਦਾਸ ਜਿਹਾ ਹੋ ਕੇ ਉੱਥੇ ਆ ਕੇ ਬਹਿ ਗਿਆ ਸੰਗਤ ਦੇ ਵਿੱਚ। ਸੰਗਤ ਦੇ ਵਿੱਚ ਬੈਠਾ ਅਤੇ ਬਾਬਾ ਆਨੰਦ ਸਿੰਘ ਜੀ ਇਹਦਾ ਚਿਹਰਾ ਪੜ੍ਹ ਲਿਆ ਅਤੇ ਕਿਉਂਕਿ ਇਹਦੀ ਅੱਖਾਂ ਵਿੱਚ ਅਥਰੂ ਸਨ ਅਤੇ ਇਹਨੂੰ ਕੋਲ ਬੁਲਾਇਆ। ਧੰਨਾ ਸਿੰਘ ਕੀ ਗੱਲ, ਅੱਜ ਬੜਾ ਉਦਾਸ ਨਜ਼ਰ ਆ ਰਿਹਾ ਹੈ। ਜਦੋਂ ਉਹਨਾਂ ਦੀ ਪੁੱਛਣ ਦੀ ਦੇਰ 'ਤੇ ਇਹਨੇ ਇਹਦਾ ਰੋਣਾ ਨਿਕਲ ਗਿਆ। ਕਹਿੰਦੇ ਕਿਉਂ ਭਾਈ, ਕਿਉਂ ਉਦਾਸ ਹੈ, ਦੱਸ ਤਾਂ ਸਹੀ। ਅਤੇ ਇਹਨੇ ਦੱਸਿਆ ਜਿਸ ਤਰ੍ਹਾਂ ਸਾਡੇ ਪਿੰਡ 'ਚ ਲੜਾਈ ਹੋਈ ਹੈ, ਲੜਾਈ ਹੋਣ ਕਰਕੇ ਬਈ ਜਿਹੜੇ ਜ਼ਖਮੀ ਹੋਏ ਹਨ ਉਹਦੇ ਵਿੱਚ ਮੇਰੇ ਪੁੱਤਰਾਂ ਦਾ ਕਸੂਰ ਜ਼ਿਆਦਾ ਸੀ ਕਿਉਂਕਿ ਇਹਨੇ ਸੱਚ ਬੋਲ ਦਿੱਤਾ। ਅਤੇ ਜਿਹੜੇ ਮਹਾਂਪੁਰਖ ਹਨ ਉਹ ਸੱਚ ਹੀ ਕਹਿੰਦੇ ਹਨ ਅਤੇ ਸੱਚ ਹੀ ਸੁਣਨਾ ਚਾਹੁੰਦੇ ਹਨ। ਇਹਨੇ ਕੋਈ ਪੜਦਾ ਨਹੀਂ ਪਾਇਆ ਵੀ ਦੋ ਤਰ੍ਹਾਂ ਦੀ ਲੜਾਈ ਹੋਈ, ਉਹਨਾਂ ਨੇ ਮਾਰਿਆ, ਸਾਡੇ 'ਤੇ ਜ਼ਿਆਦਾ ਜ਼ਖਮੀ ਹੋਏ। ਇਹਨੇ ਸੱਚ ਬੋਲ ਦਿੱਤਾ ਜੀ ਮੇਰੇ ਪੁੱਤਰਾਂ ਦਾ ਜ਼ਿਆਦਾ ਕਸੂਰ ਹੈ। ਮਹਾਂਪੁਰਖ ਉਹਦਾ ਸੱਚ ਸੁਣ ਕੇ ਹੱਸ ਪਏ। ਕਹਿੰਦੇ ਉਂਝ ਤਾਂ ਭਾਵੇਂ ਤੂੰ ਨਾ ਬਖਸ਼ਿਆ ਜਾਂਦਾ ਪਰ ਤੂੰ ਸੱਚ ਬੋਲ ਦਿੱਤਾ ਹੈ, ਇਸ ਕਰਕੇ ਬਖਸ਼ਿਆ ਜਾਏਗਾ। ਕਹਿੰਦੇ ਇਸ ਤਰ੍ਹਾਂ ਕਰ, ਸਧਾਰਨ ਪਾਠ ਘਰ ਵਿੱਚ ਕਰਵਾ, ਅੱਗੋਂ ਮੇਰੇ ਨਿਰੰਕਾਰ ਆਪ ਭਲੀ ਕਰਨਗੇ। ਕਹਿੰਦੇ ਇਹਨੇ ਸਧਾਰਨ ਪਾਠ ਕਰਵਾਇਆ, ਪੁਲਿਸ ਆਈ ਵੀ ਗਈ ਵੀ, ਜੋ ਉਹਨਾਂ ਮਾੜਾ ਮੋਟਾ ਕਰਨਾ ਸੀ ਕੀਤਾ, ਇਹ ਜਿਹੜਾ ਕੇਸ ਹੈ ਉਹ ਰਫਾ ਦਫਾ ਹੋ ਗਿਆ। ਇਹ ਹੁਣ ਕਿਸ ਕਰਕੇ ਹੋਇਆ? ਕਿਉਂਕਿ ਇਹਨੇ ਸੱਚ ਬੋਲਿਆ। ਮਹਾਂਪੁਰਖਾਂ ਨੇ ਕਿਹਾ ਕਿ ਸੱਚ ਬੋਲਿਆ, ਭਾਵੇਂ ਗੁਨਾਹ ਜ਼ਿਆਦਾ ਸੀ ਫਿਰ ਵੀ ਬਖਸ਼ਿਆ ਗਿਆ, ਪਰ ਜੇ ਕੋਈ ਝੂਠ ਬੋਲੇ ਤਾਂ ਉਹ ਨਿਤਨੇਮ ਵੀ ਬੜਾ ਕਰਦਾ ਹੋਵੇ, ਪਾਠ ਵੀ ਬੜਾ ਕਰਦਾ ਹੋਵੇ, ਫਿਰ ਵੀ ਉਹਨੂੰ ਸਜ਼ਾ ਮਿਲਦੀ ਹੈ। ਤੂੰ ਬਖਸ਼ਿਆ ਗਿਆ ਕਿ ਤੇਰਾ ਕਸੂਰ ਜਿਹੜਾ ਸੀ ਉਹ ਤੂੰ ਛੁਪਾਇਆ ਨਹੀਂ, ਸੱਚ ਦੱਸ ਦਿੱਤਾ। ਦੇਖੋ ਮਹਾਂਪੁਰਖ ਕਿਹੜੇ ਪਾਸੇ ਲਾਉਂਦੇ ਹਨ ਇਨਸਾਨ, ਜਿਹਦਾ ਕਸੂਰ ਹੈ ਉਹਨੂੰ ਵੀ ਬਖਸ਼ਵਾ ਦਿੱਤਾ, ਕੇਸ ਵੀ ਰਫਾ ਦਫਾ ਹੋ ਗਿਆ, ਕੋਈ ਆਣ ਬਾਣ ਵੀ ਨਹੀਂ ਬਣੀ। ਕਹਿੰਦੇ ਫਿਰ ਇਸੇ ਤਰੀਕੇ ਉਹ ਸੇਵਾ 'ਚ ਲੱਗ ਗਿਆ। ਹੁਣ ਕੀ ਹੋਇਆ, ਥੋੜ੍ਹਾ ਚਿਰ ਨਿਕਲਿਆ ਅਤੇ ਉਹਦੇ ਘਰ ਚੋਰੀ ਹੋ ਗਈ। ਚੋਰੀ ਹੋਈ ਤਾਂ ਥੋੜ੍ਹਾ ਨੁਕਸਾਨ ਜ਼ਿਆਦਾ ਹੋ ਗਿਆ,
ਨੁਕਸਾਨ ਜ਼ਿਆਦਾ ਹੋਇਆ ਅਤੇ ਇਹ ਉਦਾਸ ਹੋ ਗਿਆ। ਉਦਾਸ ਹੋ ਕੇ ਫਿਰ ਆ ਕੇ ਇਹ ਬੈਠ ਗਿਆ ਸੰਗਤ ਦੇ ਵਿੱਚ। ਮਹਾਂਪੁਰਖਾਂ ਨੂੰ ਕੁਛ ਨਹੀਂ ਕਿਹਾ, ਲੇਕਿਨ ਮਹਾਂਪੁਰਖਾਂ ਨੇ ਇਹਦਾ ਚਿਹਰਾ ਪੜ੍ਹ ਲਿਆ। ਕਹਿੰਦੇ ਧੰਨਾ ਸਿੰਘ ਕੀ ਗੱਲ, ਅੱਜ ਫਿਰ ਤੂੰ ਬੜਾ ਉਦਾਸ ਹੈ। ਕਹਿੰਦੇ ਜੀ ਮਹਾਰਾਜ, ਇਸ ਤਰ੍ਹਾਂ ਚੋਰੀ ਹੋ ਗਈ ਅਤੇ ਨੁਕਸਾਨ ਬਹੁਤ ਹੋ ਗਿਆ। ਉਸ ਟਾਈਮ ਬਾਬਾ ਆਨੰਦ ਸਿੰਘ ਜੀ ਨੇ ਥੋੜ੍ਹੇ ਜਿਹੇ ਰੋਹ ਦੇ ਵਿੱਚ ਆ ਕੇ ਕਹਿੰਦੇ ਤੂੰ ਜਾ, ਚੱਲਾ ਜਾ ਆਪਣੇ ਘਰ ਵਾਪਸ, ਸਾਨੂੰ ਨਹੀਂ ਲੋੜ ਤੇਰੀ ਸੇਵਾ ਦੀ, ਅਸੀਂ ਤੇਰੇ ਪਹਿਰੇਦਾਰ ਹਾਂ, ਤੁਹਾਡੀਆਂ ਚੋਰੀਆਂ ਦੀ ਵਿਰਾਖੀ ਕਰੀਏ। ਉਹ ਤੂੰ ਕਿਹੜਾ ਮਾਂ ਦੇ ਢਿੱਡ ਵਿੱਚੋਂ ਲੈ ਕੇ ਆਇਆ ਮਾਇਆ, ਤੂੰ ਮਾਇਆ ਦੇ ਪਿੱਛੇ ਇੰਨਾ ਉਦਾਸ ਹੋ ਗਿਆ। ਤੁਹਾਨੂੰ ਕਿਹਾ ਸੀ ਭਗਤੀ ਕਰਨ ਵਾਸਤੇ ਅਤੇ ਤੇਰੇ ਕੋਲ ਭਗਤੀ ਨਹੀਂ ਕਰਨ ਹੋਈ ਅਤੇ ਇਸ ਮਾਇਆ ਪਿੱਛੇ ਤੂੰ ਉਦਾਸ ਹੋ ਗਿਆ ਹੈ। ਦੇਖੋ ਫਿਰ ਜਿਹੜਾ ਭਟਕਦਾ ਹੈ ਫਿਰ ਮਹਾਂਪੁਰਖ ਸਿੱਧੇ ਰਸਤੇ 'ਤੇ ਪਾ ਦਿੰਦੇ ਆ। ਕਹਿੰਦੇ ਤੂੰ ਭਟਕ ਕੇ ਉਸ ਜਿਹੜੀ ਤੇਰੀ ਚੋਰੀ ਹੋਈ ਹੈ ਤੂੰ ਉਹਦੇ ਪਿੱਛੇ ਇੰਨਾ ਉਦਾਸ ਹੋ ਗਿਆ ਹੈ, ਇੰਨਾ ਨਾਮ ਦੇ ਪਿੱਛੇ ਉਦਾਸ ਹੋਇਆ। ਜੇ ਉਹਦੇ ਵਿੱਚ ਉਦਾਸ ਹੋ ਕੇ ਤੇਰਾ ਨਿਤਨੇਮ ਵੀ ਛੁੱਟ ਗਿਆ, ਤੇਰੀ ਸੇਵਾ ਵੀ ਛੁੱਟ ਗਈ, ਜਾਂ ਸਾਨੂੰ ਨਹੀਂ ਤੇਰੀ ਸੇਵਾ ਇਸ ਤਰ੍ਹਾਂ ਦੀ ਪਰਵਾਹ, ਤੂੰ ਚਲਾ ਜਾ ਇੱਥੋਂ। ਕਹਿੰਦੇ ਧੰਨਾ ਸਿੰਘ, ਇਹ ਜਿਹੜਾ ਕਲ ਯੁੱਗ ਹੈ ਇਹ ਜਦੋਂ ਕੋਈ ਨਾਮ ਦੇ ਨਾਲ ਜੁੜਨ ਲੱਗੇ ਤਾਂ ਇਹ ਅੱਗੇ ਆ ਜਾਂਦਾ ਹੈ। ਉਹਨੂੰ ਇੱਕ ਪ੍ਰਮਾਣ ਦੇ ਕੇ ਸਮਝਾਇਆ, ਜਿਵੇਂ ਕੋਈ ਗੁਰਦੁਆਰੇ ਜਾ ਰਿਹਾ ਹੈ, ਕਹਿੰਦੇ ਅੱਗੋਂ ਹੁਣ ਕਲ ਯੁੱਗ ਕਿਸੇ ਰੂਪ ਦੇ ਵਿੱਚ ਉਹਦੇ ਦੋਸਤ ਦੇ ਰੂਪ ਵਿੱਚ ਉਹਦੇ ਕੋਲ ਆ ਗਿਆ। ਉਹਨੂੰ ਕਹਿੰਦਾ ਚੱਲ ਅੱਜ ਪਿਕਚਰ ਦੇਖਣ ਚੱਲੀਏ। ਉਹ ਕਹਿੰਦਾ ਨਹੀਂ ਯਾਰ, ਮੈਂ ਤਾਂ ਜਾਣਾ ਗੁਰਦੁਆਰੇ ਸਾਹਿਬ ਚੱਲਿਆ ਹਾਂ। ਹੁਣ ਅੱਗੋਂ ਉਹ ਕਲ ਯੁੱਗੀ ਰੂਪ ਵੀ ਜਿਹੜਾ ਦੋਸਤ ਸੀ ਉਹ ਕਹਿੰਦਾ ਗੁਰਦੁਆਰੇ ਤਾਂ ਤੂੰ ਰੋਜ਼ ਜਾਂਦਾ ਹੈ, ਚੱਲ ਅੱਜ ਪਿਕਚਰ ਬੜੀ ਚੰਗੀ ਹੈ, ਉੱਧਰ ਚੱਲੀਏ। ਕਹਿੰਦੇ ਕਲ ਯੁੱਗ ਨੇ ਹਟਾਉਣਾ ਹੀ ਹਟਾਉਣਾ ਹੈ। ਸਭ ਤੋਂ ਪਹਿਲੇ ਕਲ ਯੁੱਗ ਨਿਤਨੇਮ ਛੁਡਵਾਉਂਦਾ ਹੈ। ਜਦੋਂ ਨਿਤਨੇਮ ਛੱਡਿਆ ਗਿਆ ਫਿਰ ਕਲ ਯੁੱਗ ਹੈਵੀ ਹੋ ਜਾਂਦਾ ਹੈ, ਉਹਦੇ 'ਤੇ ਆਪਣਾ ਪ੍ਰਭਾਵ ਪਾਉਂਦਾ ਹੈ। ਕਹਿੰਦੇ ਤੇਰੇ ਘਰ ਚੋਰੀ ਹੋਈ, ਤੇਰੇ 'ਤੇ ਕਲ ਯੁੱਗ ਨੇ ਇੰਨਾ ਪ੍ਰਭਾਵ ਪਾਤਾ, ਤੂੰ ਉਹਦੇ ਵਿੱਚ ਉਦਾਸ ਹੋ ਗਿਆ। ਉਹ ਜਿਸ ਨਿਰੰਕਾਰ ਦੇ ਨਾਲ ਜੁੜਿਆ ਹੈ ਉਹਨੇ ਅੱਜ ਤੱਕ ਕਦੇ ਤੁਹਾਨੂੰ ਭੁੱਖਾ ਰਹਿਣ ਦਿੱਤਾ, ਤੂੰ ਉਹਦਾ ਉਹ ਸ਼ੁਕਰਾਨਾ ਨਹੀਂ ਕੀਤਾ ਅਤੇ ਥੋੜ੍ਹੀ ਚੋਰੀ ਹੋ ਗਈ ਅਤੇ ਤੂੰ ਉਦਾਸ ਹੋ ਗਿਆ। ਮਹਾਂਪੁਰਖ ਦੇਖੋ ਕਿਵੇਂ ਸਮਝਾਉਂਦੇ ਹਨ, ਕਿਵੇਂ ਸਿੱਧੇ ਰਸਤੇ 'ਤੇ ਲੈ ਕੇ ਆਉਂਦੇ ਹਨ, ਕਿਵੇਂ ਜਿਹੜੇ ਮਨ ਵਿੱਚ ਸ਼ੰਕੇ ਪੈ ਜਾਂਦੇ ਹਨ ਉਹਨਾਂ ਸ਼ੰਕਿਆਂ ਨੂੰ ਦੂਰ ਕਰਦੇ ਹਨ, ਦੂਰ ਕਰਕੇ ਅੰਦਰ ਦੀਆਂ ਜਾਣਦੇ ਹਨ। ਅਸੀਂ ਤਾਂ ਮਹਾਂਪੁਰਖਾਂ ਕੋਲ ਜਾਂਦੇ ਹਾਂ ਕਈ ਵਾਰੀ ਤਾਂ ਵਿਸ਼ਵਾਸ ਹੀ ਨਹੀਂ ਰੱਖਦੇ। ਜੇ ਮਾੜਾ ਮੋਟਾ ਮਹਾਂਪੁਰਖਾਂ ਨੇ ਸਾਡੇ ਵੱਲ ਨਹੀਂ ਵੇਖਿਆ, ਸਾਡੀ ਗੱਲ ਨਹੀਂ ਸੁਣੀ, ਮਨ ਵਿੱਚ ਤ੍ਰਿੜੀ ਆ ਜਾਂਦੀ ਹੈ। ਕੀ ਕਰਨਾ ਹੈ ਇਸ ਅਸਥਾਨ 'ਤੇ ਜਾ ਕੇ, ਮਹਾਂਪੁਰਖਾਂ ਨੇ ਸਾਡੀ ਗੱਲ ਸੁਣੀ ਨਹੀਂ। ਪਰ ਇਹਦੇ ਵਿੱਚ ਕੋਈ ਭੱਲਾ ਹੁੰਦਾ ਹੈ ਸਾਧ ਸੰਗਤ ਜੀ, ਕੋਈ ਭੱਲਾ ਹੈ। ਮਹਾਂਪੁਰਖ ਕੋਈ ਸਮਝਾਣੀਆਂ ਸਮਝਾਉਂਦੇ ਹਨ ਸਾਨੂੰ, ਕਦੀ ਵੀ ਆਪਣੇ ਮਹਾਂਪੁਰਖਾਂ 'ਤੇ ਜਿਨ੍ਹਾਂ ਨੂੰ ਠਣਕਾ ਕੇ ਵੇਖ ਲਿਆ ਹੋਵੇ ਕਦੀ ਵੀ ਤ੍ਰਿੜੀ ਨਹੀਂ ਆਉਣੀ ਚਾਹੀਦੀ, ਕਦੀ ਵੀ ਉਹਨਾਂ ਦੇ ਜੋ ਵੀ ਬਚਨ ਹਨ ਉਹਨਾਂ ਨੂੰ ਸੱਤ ਕਰਕੇ ਮੰਨੀਏ। ਜੇ ਸੱਤ ਕਰਕੇ ਮੰਨਾਂਗੇ
ਤੇ ਭੱਲਾ ਕਿਹਦਾ ਹੈ? ਭੱਲਾ ਸਾਡਾ ਹੈ। ਮਹਾਂਪੁਰਖਾਂ ਨੂੰ ਕੋਈ ਫਰਕ ਨਹੀਂ ਪੈਂਦਾ, ਕੋਈ ਆ ਗਿਆ ਹੈ ਤੇ ਝੋਲੀਆਂ ਭਰਵਾ ਕੇ ਲੈ ਜਾਏਗਾ, ਤੇ ਜੇ ਕੋਈ ਰੁੱਸ ਕੇ ਬਹਿ ਗਿਆ ਹੈ ਤੇ ਭਰੀ ਝੋਲੀ ਵੀ ਖਾਲੀ ਕਰਵਾ ਜਾਏਗਾ। ਮਹਾਂਪੁਰਖਾਂ ਨੂੰ ਕੋਈ ਫਰਕ ਨਹੀਂ ਪੈਣਾ, ਕਿਉਂਕਿ ਉਹਨਾਂ ਨੇ ਜੇ ਤੂੰ ਨਹੀਂ ਆਏਗਾ ਤੇ 10 ਹੋਰ ਆ ਜਾਣਗੇ ਝੋਲੀਆਂ ਭਰਵਾਉਣ ਵਾਸਤੇ ਮਹਾਂਪੁਰਖਾਂ ਕੋਲ। ਕੋਈ ਮਨ ਵਿੱਚ ਅਸੀਂ ਇਸ ਚੀਜ਼ ਦਾ, ਜਿਵੇਂ ਧੰਨਾ ਸਿੰਘ ਨੇ ਦੋ ਵਾਰ ਮਨ ਵਿੱਚ ਸ਼ੰਕਾ ਜਿਹਾ ਰੱਖਿਆ ਕਿ ਦੋ ਵਾਰ ਮੇਰੇ ਨਿਰੰਕਾਰ ਨੇ ਉਹਦੇ ਸ਼ੰਕੇ ਨਿਵਿਰਤ ਕੀਤੇ ਆਪ ਉਹਦੇ ਕੰਮ ਕਰਕੇ। ਉਹ ਮਹਾਂਪੁਰਖਾਂ ਨੂੰ ਨਹੀਂ ਬੋਲਣ ਦਿੱਤਾ, ਕਰਤਾਰ ਨੇ ਆਪ ਹੀ ਉਹਦਾ ਕੰਮ ਕਰ ਦਿੱਤਾ। ਫਿਰ ਮਹਾਂਪੁਰਖਾਂ ਨੇ ਉਹਨੂੰ ਜਦੋਂ ਇਸ ਰੋਹ ਦੇ ਵਿੱਚ ਸਮਝਾਇਆ, ਕਹਿੰਦੇ ਤੂੰ ਆਇਆ ਕੀ ਕਰਨ ਹੈ? ਤੂੰ ਆਇਆ ਹੈ ਨਾਮ ਜਪਣ। ਇਹ ਜਿਹੜੀ ਤੁਹਾਨੂੰ ਮਨੁੱਖਾਂ ਦੇ ਮਿਲੀ ਹੈ, ਇਹਦੇ ਵਿੱਚ ਨਾਮ ਜਪ, ਉਸ ਪਰਮਾਤਮਾ ਦੇ ਨਾਲ ਜੁੜ, ਨਾ ਕਿ ਤੂੰ ਜਿਹੜੀ ਦੁਨਿਆਵੀ ਮਾਇਆ ਹੈ ਉਹਦੇ ਨਾਲ ਜੁੜ। ਉਹਨਾਂ ਨੇ ਫਿਰ ਪ੍ਰਮਾਣ ਦਿੱਤਾ, ਕਹਿੰਦੇ ਇੱਕ ਬੱਚਾ ਮਾਂ ਦੇ ਗਰਭ ਵਿੱਚ ਹੈ। ਕਹਿੰਦੇ ਮਾਂ ਦੇ ਗਰਭ ਦੇ ਵਿੱਚ ਤੇ ਰਾਖੀ ਉੱਥੇ ਕੌਣ ਕਰ ਰਿਹਾ ਹੈ? ਕਹਿੰਦੇ ਜਠਰ ਅਗਨੀ ਹੈ ਅਗਨੀ ਮਾਂ ਦੇ ਪੇਟ ਦੇ ਵਿੱਚ। ਜੇ ਮਾਂ ਰੋੜੇ ਵੀ ਖਾ ਲਵੇ ਤੇ ਕਹਿੰਦੇ ਉਹ ਵੀ ਅਗਨੀ ਉਹਨੂੰ ਰੋੜਿਆਂ ਨੂੰ ਵੀ ਸਵਾਹ ਕਰ ਦਿੰਦੀ ਹੈ, ਤੇ ਪਰ ਬੱਚੇ ਨੂੰ ਸੇਕ ਨਹੀਂ ਲੱਗ ਰਿਹਾ। ਕਹਿੰਦੇ ਫਿਰ ਰਾਖੀ ਕੌਣ ਕਰ ਰਿਹਾ ਹੈ? ਰਾਖੀ ਉਹ ਪਰਮਾਤਮਾ ਕਰ ਰਿਹਾ ਹੈ। ਫਿਰ ਜਿਹੜਾ ਕੋਲ ਅਸੀਂ ਗੁਰੂ ਨਾਨਕ ਦੇ ਨਾਲ ਕੀਤਾ, ਜਿਹੜਾ ਕੋਲ ਅਸੀਂ ਨਿਰੰਕਾਰ ਦੇ ਨਾਲ ਕੀਤਾ, ਕਹਿੰਦੇ ਫਿਰ ਜਦੋਂ ਬੱਚਾ ਜਨਮ ਲੈਂਦਾ ਹੈ, ਕਹਿੰਦੇ ਕਲ ਯੁਗ ਦੀ ਮਾਇਆ ਸਭ ਤੋਂ ਪਹਿਲੇ ਕੀ ਕਰਦੀ ਹੈ? ਜਦੋਂ ਬੱਚਾ ਬਾਹਰ ਆਉਂਦਾ ਹੈ ਸਭ ਤੋਂ ਪਹਿਲੇ ਉਹਨੂੰ ਥੱਪੜ ਮਾਰਦੀ ਹੈ। ਕਹਿੰਦੇ ਥੱਪੜ ਮਾਰਦੀ ਹੈ ਤੇ ਉਹ ਬੱਚਾ ਰੋਣ ਲੱਗ ਪੈਂਦਾ ਹੈ। ਸਾਰੇ ਜਾਣਦੇ ਹੋ ਬੱਚਾ ਤਾਂ ਜਦੋਂ ਜਨਮ ਲੈਂਦਾ ਹੈ ਰੋਂਦਾ ਹੈ, ਤੇ ਮਹਾਂਪੁਰਖਾਂ ਨੇ ਸਮਝਾਇਆ ਬੱਚਾ ਕਿਉਂ ਰੋਂਦਾ ਹੈ, ਜਿਹੜੀ ਇਹ ਧਰਤੀ ਦੀ ਮਾਇਆ ਕਲ ਯੁਗ ਦੀ ਮਾਇਆ ਹੈ ਉਹ ਉਹਨੂੰ ਐਸਾ ਥੱਪੜ ਮਾਰਦੀ ਹੈ, ਉਹਦੀ ਜਿਹੜੀ ਲਿਵ ਹੈ ਪਰਮਾਤਮਾ ਨਾਲੋਂ ਟੁੱਟ ਜਾਂਦੀ ਹੈ। ਉਹਦੀ ਲਿਵ ਟੁੱਟ ਗਈ ਤੇ ਫਿਰ ਬੱਚਾ ਉਦੋਂ ਰੋਂਦਾ ਹੈ ਜਦੋਂ ਉਹਦੀ ਲਿਵ ਟੁੱਟਦੀ ਹੈ। ਕਹਿੰਦੇ ਦੇਖ ਇਹ ਜਿਹੜੀਆਂ ਚੀਜ਼ਾਂ ਹਨ ਇਹ ਕਲ ਯੁਗ ਦੇ ਪ੍ਰਭਾਵ ਵਾਲੀਆਂ ਹਨ। ਘਰ ਵਿੱਚ ਚੋਰੀ ਹੋਣੀ ਜਾਂ ਘਰ ਵਿੱਚ ਕੋਈ ਦੁੱਖ ਆਉਣਾ, ਕੋਈ ਸੁੱਖ ਆਉਣਾ, ਕੋਈ ਜੰਮਣ, ਕੋਈ ਮਰਨ, ਕਹਿੰਦੇ ਇਹ ਚੀਜ਼ਾਂ ਚੱਲਦੀਆਂ ਰਹਿੰਦੀਆਂ ਹਨ। ਕਹਿੰਦੇ ਜਿਵੇਂ ਬੱਚਾ ਉਹ ਮਾਇਆ ਜਿਹੜੀ ਥੱਪੜ ਮਾਰਦੀ ਹੈ ਤੇ ਬੱਚਾ ਰੋਂਦਾ ਹੈ, ਤੇ ਫਿਰ ਉਹ ਮਾਇਆ ਕੀ ਕਰਦੀ ਹੈ? ਜਿਹੜੇ ਸਾਡੇ ਪਿਛਲੇ ਕਰਮ ਹਨ ਉਹਨਾਂ ਨੂੰ ਨਾਲ ਲੈਂਦੀ ਹੈ। ਕਹਿੰਦੇ ਇਵੇਂ ਹੀ ਜੇ ਅਸੀਂ ਪਰਮਾਤਮਾ ਦੇ ਨਾਮ ਨਾਲੋਂ ਟੁੱਟ ਕੇ ਤੇ ਘਰ ਦੀਆਂ ਗ੍ਰਸਥੀਆਂ ਵਿੱਚ ਹੀ ਪੇਰੇ, ਕੋਈ ਦੁੱਖ ਆ ਗਿਆ, ਕੋਈ ਸੁੱਖ ਆ ਗਿਆ, ਕੋਈ ਜੰਮ ਗਿਆ, ਕੋਈ ਮਰ ਗਿਆ, ਜਾਂ ਘਰ 'ਚ ਕੋਈ ਨੁਕਸਾਨ ਹੋ ਗਏ, ਜੇ ਇਹਨਾਂ ਚੀਜ਼ਾਂ ਵਿੱਚ ਹੀ ਪੇਰੇ ਤੇ ਕਲ ਯੁਗ ਉਹਨਾਂ 'ਤੇ ਹੈਵੀ ਹੋ ਜਾਏਗਾ, ਫਿਰ ਨਾਮ ਦੇ ਨੇੜੇ ਨਹੀਂ ਲੱਗਣ ਦੇਗਾ। ਕਹਿੰਦੇ ਤੈਨੂੰ ਇੰਨੀ ਦੇਰ ਇੱਥੇ ਹੋ ਗਈ ਹੈ ਆਉਂਦਿਆਂ, ਇਹਨਾਂ ਚੀਜ਼ਾਂ ਤੋਂ ਕਿਨਾਰਾ ਕਰ ਅਤੇ ਜਿਹੜਾ ਆਪਣਾ ਮਨ ਹੈ ਉਹ ਨਾਮ ਸਿਮਰਨ ਵਿੱਚ ਲਾ, ਉਹ ਭਗਤੀ ਦੇ ਵਿੱਚ ਲਾ। ਕਹਿੰਦੇ ਜਦੋਂ
ਮਹਾਂਪੁਰਖਾਂ ਨੇ ਇਸ ਤਰ੍ਹਾਂ ਦੇ ਬਚਨ ਸਮਝਾਏ, ਪ੍ਰਮਾਣ ਦੇ ਕੇ। ਹੁਣ ਅੱਜ ਪੂਰੀ ਕਿਰਪਾ ਜਦੋਂ ਮਹਾਂਪੁਰਖਾਂ ਦੀ ਉਹਦੇ 'ਤੇ ਹੋ ਗਈ, ਕਹਿੰਦੇ ਉਹਨੂੰ ਅੰਦਰੋਂ ਆਪਣੇ ਆਪ ਨੂੰ ਇਹ ਭਾਸਣ ਲੱਗ ਪਿਆ ਕਿ ਅੱਜ ਮੇਰੇ ਅੰਦਰ ਕੋਈ ਹਲਚਲ ਹੋ ਰਹੀ ਹੈ, ਕਿਉਂਕਿ ਮਹਾਂਪੁਰਖਾਂ ਦੇ ਬਚਨ ਅਜਾਈ ਨਹੀਂ ਜਾਂਦੇ, ਉਹ ਆਪਣਾ ਦਰਸਾ ਦਿੰਦੇ ਹਨ ਮਹਾਂਪੁਰਖਾਂ ਦੇ ਬਚਨ, ਕਿਉਂਕਿ ਇਹ ਬਚਨ ਉਹਨੂੰ ਸਮਝਾਉਣ ਵਾਸਤੇ ਸਨ ਜੋ ਬਾਬਾ ਆਨੰਦ ਸਿੰਘ ਜੀ ਨੇ ਉਹਨੂੰ ਸਮਝਾਇਆ। ਅੱਜ ਉਹਦਾ ਰੋਮ ਰੋਮ ਅੰਦਰੋਂ ਖਿੜ ਗਿਆ। ਤੇ ਜਦੋਂ ਮਾਲਕਾਂ ਦੀ ਮਿਹਰ ਹੋਈ ਤਾਂ ਹੀ ਅੰਦਰ ਤੱਕ ਇਹ ਗੱਲ ਉਹਦੇ ਪਹੁੰਚੀ। ਤੇ ਜਦੋਂ ਮਹਾਂਪੁਰਖ ਆਪਣੀ ਨਦਰ ਕਰ ਦੇਣ, ਆਪਣੀ ਨਦਰ ਦੇ ਨਾਲ ਮਿਹਰ ਕਰ ਦੇਣ, ਨਾਲ ਤਰਸ ਦੀ ਨਿਗਾਹ ਨਾਲ ਵੇਖ ਲੈਣ ਅਤੇ ਦਇਆ ਕਰ ਦੇਣ, ਫਿਰ ਜਿਹੜਾ ਸਾਡਾ ਜੀਵਨ ਹੈ ਉਹ ਸਫਲ ਹੋ ਜਾਂਦਾ ਹੈ। ਅਸੀਂ ਵੱਧ ਤੋਂ ਵੱਧ ਮਹਾਂਪੁਰਖਾਂ ਦੀ ਨਦਰ ਲੈਣੀ ਹੈ, ਉਹਨਾਂ ਦਾ ਤਰਸ ਲੈਣਾ ਹੈ, ਉਹਨਾਂ ਦੀ ਦਇਆ ਲੈਣੀ ਹੈ, ਉਹਨਾਂ ਦਾ ਪਿਆਰ ਲੈਣਾ ਹੈ। ਅੱਜ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਦੀ ਬਰਸੀ ਸਾਰਾ ਵਰਲਡ ਮਨਾ ਰਿਹਾ ਹੈ, ਕਿਉਂਕਿ ਜਿੱਥੇ ਗੁੜ ਹੋਵੇ ਕਹਿੰਦੇ ਮੱਖੀਆਂ ਆ ਜਾਂਦੀਆਂ ਹਨ। ਕਹਿੰਦੇ ਜਿਵੇਂ ਮਹਾਂਪੁਰਖ, ਜਿਵੇਂ ਜਿਵੇਂ ਗੁਣ ਇੱਕ ਥਾਂ ਤੋਂ ਦੂਸਰੀ ਥਾਂ, ਦੂਸਰੀ ਤੋਂ ਤੀਸਰੀ ਥਾਂ ਪਤਾ ਲੱਗਦੇ ਹਨ, ਅਤੇ ਸੰਗਤਾਂ ਤੋੜੀਆਂ ਆਉਂਦੀਆਂ ਹਨ ਮਹਾਂਪੁਰਖਾਂ ਕੋਲ। ਮਹਾਂਪੁਰਖਾਂ ਕੋਲ ਆ ਕੇ ਆਪਣਾ ਆਪ ਨਿਵਾਰ ਕੇ ਗੁਣ ਨਾਲ ਲੈ ਜਾਂਦੀਆਂ ਹਨ। ਅਤੇ ਅੱਜ ਬਾਬਾ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਜੋ ਗੁਣ ਉਸ ਧੰਨਾ ਸਿੰਘ ਨੂੰ ਬਖਸ਼ੇ, ਅਤੇ ਅਸੀਂ ਫਿਰ ਬੇਨਤੀ ਕਰ ਲਈਏ ਮਾਲਕ ਦੇ ਚਰਨਾਂ 'ਚ, ਸੱਚੇ ਪਾਤਸ਼ਾਹ ਜਿਵੇਂ ਤੁਸੀਂ ਉਹਨੂੰ ਬਖਸ਼ ਦਿੱਤਾ, ਉਹਦਾ ਅੰਦਰਲਾ ਸਾਫ਼ ਕਰ ਦਿੱਤਾ, ਉਹਦੇ ਅੰਦਰਲੇ ਨੂੰ ਧੋ ਦਿੱਤਾ ਕਿ ਤੂੰ ਹੁਣ ਪਰਿਵਾਰ ਵੱਲ ਨਾ ਦੇਖ, ਉਹ ਨਿਰੰਕਾਰ ਦੀ ਆਪੇ ਡਿਊਟੀ ਹੈ। ਜੇ ਤੂੰ ਪਰਮਾਤਮਾ ਦਾ ਨਾਮ ਲਏਗਾ ਤੂੰ ਆਪਣੀ ਡਿਊਟੀ ਕਰ, ਨਿਰੰਕਾਰ ਫਿਰ ਆਪਣੀ ਡਿਊਟੀ ਕਰਦਾ ਹੈ। ਇਹ ਮਹਾਂਪੁਰਖਾਂ ਨੇ ਜਦੋਂ ਸਮਝਾਇਆ ਤਾਂ ਫਿਰ ਧੰਨਾ ਸਿੰਘ ਦਾ ਅੰਦਰੋਂ ਰੋਮ ਰੋਮ ਖਿੜ ਗਿਆ। ਹੁਣ ਅੰਦਰੋਂ ਰੋਮ ਰੋਮ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ ਰਿਹਾ ਹੈ। ਹੁਣ ਸੋਝੀ ਪਈ ਕਿ ਮਹਾਂਪੁਰਖਾਂ ਨੇ ਮੈਨੂੰ ਬਖਸ਼ ਦਿੱਤਾ ਹੈ, ਮੇਰੇ 'ਤੇ ਤਰਸ ਕਰ ਦਿੱਤਾ ਹੈ, ਅਤੇ ਫਿਰ ਆਓ ਅਸੀਂ ਵੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰ ਲਈਏ। ਸੱਚੇ ਪਾਤਸ਼ਾਹ ਆਪ ਦੇ ਪਿਆਰੇ ਭਗਤ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਨੂੰ ਜੋ ਗੁਣ ਆਪ ਨੇ ਬਖਸ਼ੇ ਹਨ ਉਸ ਦਾ ਕਿਣਕਾ ਮਾਤਰ ਸਾਡੀ ਝੋਲੀ 'ਚ ਵੀ ਪਾ ਦਿਓ। ਸਤਿ ਸ਼੍ਰੀ ਅਕਾਲ, ਸਾਡੀ ਝੋਲੀ 'ਚ ਵੀ ਪਾ ਦਿਓ ਤਾਂ ਜੋ ਸਾਡਾ ਵੀ ਅੰਦਰੋਂ ਰੋਮ ਰੋਮ ਖਿੜ ਜਾਏ। ਕਿਉਂਕਿ ਜਦੋਂ ਬਾਬਾ ਜੀ ਨੇ ਧੰਨਾ ਸਿੰਘ ਨੂੰ ਕਿਹਾ ਨਾ ਕਿ ਹੁਣ ਤੂੰ ਵੀ ਮਾਲਾ ਜਪ ਲਿਆ ਕਰ, ਅਤੇ ਅੱਗੋਂ ਜੱਟ ਬੁੱਧੀ ਦੇ ਨਾਲ ਕਹਿੰਦਾ ਮਹਾਂਪੁਰਖੋ ਇਹ ਸਾਡੇ ਜੱਟਾਂ ਕੋਲ ਇਹੋ ਜਿਹੇ ਕੰਮ ਨਹੀਂ ਕਰਨ ਹੁੰਦੇ, ਇਹ ਸਾਡੇ ਕੋਲ ਮਾਲਾਂ ਦੀ ਜੱਪਣ ਹੁੰਦੀਆਂ, ਤੁਸੀਂ ਸਾਡੇ ਕੋਲੋਂ ਦਰਖਤ ਪੁਟਵਾ ਲਓ, ਲਵਾ ਲਓ, ਮਿੱਟੀ ਢਵਾ ਲਓ, ਹੋਰ ਜਿਹੜਾ ਜ਼ੋਰ ਵਾਲਾ ਕੰਮ ਹੈ ਕਰਵਾ ਲਓ, ਪਰ ਮਾਲਾ ਨਹੀਂ ਜੱਪਣ ਹੁੰਦੀ। ਪਰ ਹੁਣ ਅੰਦਰੋਂ ਕੀ ਸੀ, ਅੰਦਰੋਂ ਉਹਦਾ ਰੋਮ ਰੋਮ ਵਾਹਿਗੁਰੂ ਵਾਹਿਗੁਰੂ ਜੱਪਣ ਲੱਗ ਪਿਆ ਸੀ। ਅਤੇ ਫਿਰ ਮਹਾਂਪੁਰਖਾਂ ਨੇ ਕੀ ਵਰ ਦਿੱਤਾ, ਕਹਿੰਦੇ ਧੰਨਾ ਸਿੰਘਾ ਚੱਲ ਫਿਰ ਤੇਰਾ ਇਹ ਕੰਮ ਅਸੀਂ ਆਪ ਹੀ ਕਰ ਦਿਆ ਕਰਾਂਗੇ, ਇੱਕ ਮਣਕਾ ਅਸੀਂ ਸੁੱਟ ਦਿਆ ਕਰਾਂਗੇ। ਕਿੰਨੀ ਬਖਸ਼ਿਸ਼ ਲੈ ਕੇ ਗਿਆ ਫਿਰ
ਮਹਾਂਪੁਰਖਾਂ ਨੇ ਕਿਹਾ ਇਹ ਮਹਾਂਪੁਰਖਾਂ ਦਾ ਤਾਂ ਇੱਕ ਮਣਕਾ ਜਪਿਆ ਵੀ ਕਿਸੇ ਦੇ ਵਾਸਤੇ ਝੋਲੀਆਂ ਭਰ ਜਾਂਦੀਆਂ ਹਨ। ਅਸੀਂ ਤਾਂ ਮਾਲਾ ਜਪਦੇ ਰਹਾਂਗੇ, ਲੇਕਿਨ ਜਿਹੜੇ ਮਹਾਂਪੁਰਖਾਂ ਨੇ ਜਿਸ ਵਾਸਤੇ ਇੱਕ ਮਣਕਾ ਵੀ ਜਪ ਲਿਆ, ਉਹਦਾ ਪਾਰ ਉਤਾਰਾ ਕਰ ਦਿੱਤਾ, ਉਹਦਾ ਪਾਰ ਉਤਾਰਾ ਕਰਕੇ ਉਹਦੇ 'ਤੇ ਬਖਸ਼ਿਸ਼ ਕਰ ਦਿੱਤੀ। ਫਿਰ ਮੰਗ ਲਈਏ, ਅੱਜ ਆਪਣੇ ਪਿਆਰੇ ਕੋਲੋਂ ਮੰਗ ਲਈਏ, ਸੱਚੇ ਪਾਤਸ਼ਾਹ ਸਾਨੂੰ ਵੀ ਜੋ ਆਪਣੇ ਭਗਤਾਂ ਨੂੰ ਤੋਂ ਇੰਨੇ ਗੁਣ ਬਖਸ਼ੇ ਹਨ, ਇੱਕ ਕਿਣਕਾ ਜਿਹਾ ਸਾਡੀ ਝੋਲੀ ਵਿੱਚ ਵੀ ਪਾ ਦਿਉ, ਤਾਂ ਜੋ ਸਾਡਾ ਵੀ ਅੰਦਰੋਂ ਰੋਮ ਰੋਮ ਆਪਦਾ ਨਾਮ ਜਪਣ ਲੱਗ ਪਵੇ ਜੀਓ। ਇਹ ਅਸੀਂ ਅੱਜ ਆਪਣੇ ਪਰਮਾਤਮਾ ਕੋਲੋਂ ਮੰਗ ਕੇ ਆਪਣੇ ਘਰਾਂ ਨੂੰ ਜਾਣਾ ਹੈ ਜੀਓ। ਭਗਤ ਜਨਾ ਕੋ ਆਪ ਤੁਠਾ ਮੇਰਾ ਪਿਆਰਾ, ਆਪ ਤੁਠਾ ਮੇਰਾ ਪਿਆਰਾ, ਆਪੇ ਲਯਨ ਜਨ ਲਾਏ। ਭਗਤ ਜਨਾ ਕੋ ਆਪ ਤੁਠਾ ਮੇਰਾ ਪਿਆਰਾ, ਆਪ ਤੁਠਾ ਮੇਰਾ ਛਤ ਸੱਚਾ ਹਰ ਬਣਾਏ, ਸਿਰ ਛਤ ਸੱਚਾ ਹਰ ਬਣਾਏ। ਕਬੀਰ ਸੰਤ ਕੀ ਗੈਲ ਨਾ ਛੋਡੀਐ, ਸੰਤ ਕੀ ਗੈਲ ਨਾ ਛੋਡੀਐ, ਸੰਤ ਕੀ ਗੈਲ ਨਾ ਛੋਡੀਐ, ਜਪੀਏ ਨਾ
ਗੈਲ ਨਾ ਛੋੜੀਏ, ਸੰਤ ਕੀ ਗੈਲ ਨਾ ਛੋੜੀਏ, ਸੰਤ ਕੀ ਗੈਲ ਨਾ ਛੋੜੀਏ, ਸੰਤ ਕੀ ਗੈਲ ਨਾ ਛੋੜੀਏ। ਤੁਮ ਹਰ ਸੇਤੀ ਰਾਤੇ ਸੰਤੋ, ਤੁਮ ਹਰ ਸੇਤੀ ਰਾਤੇ ਸੰਤੋ, ਤੁਮ ਹਰ ਸੇਤੀ ਰਾਤੇ ਸੰਤੋ, ਤੁਮ ਹਰ ਸੇਤੀ ਰਾਤੇ ਸੰਤੋ। ਨਿਭਾਹੇ ਲੈ ਹੋ ਮੋਕੋ ਪੁਰਖ ਵਿਧਾਤੇ, ਨਿਭਾਹੇ ਲੈ ਹੋ ਮੋਕੋ ਪੁਰਖ ਵਿਧਾਤੇ, ਨਿਭਾਹੇ ਲੈ ਹੋ ਮੋਕੋ ਪੁਰਖ ਵਿਧਾਤੇ, ਨਿਭਾਹੇ ਲੈ ਹੋ ਮੋਕੋ ਪੁਰਖ ਵਿਧਾਤੇ। ਓੜ ਪੁਜਾਵੋ ਦਾਤੇ, 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 ਓੜ ਪੁਜਾਵੋ ਦਾਤੇ। ਨਿਭਾਹੇ ਲੈ ਹੋ ਮੋਕੋ ਪੁਰਖ ਵਿਧਾਤੇ, ਨਿਭਾਹੇ ਲੈ ਹੋ ਮੋਕੋ ਪੁਰਖ ਵਿਧਾਤੇ, ਓੜ ਪੁਜਾਵੋ ਦਾਤੇ, ਓੜ ਪੁਜਾਵੋ ਦਾਤੇ, ਓੜ ਪੁਜਾਵੋ ਦਾਤੇ, ਓੜ ਪੁਜਾਵੋ ਦਾਤੇ। ਤੁਮ ਰਾਮ ਰਾਮ ਵਿਧਾਤੇ, ਤੁਮ ਪੂਰਨ ਪੁਰਖ ਵਿਧਾਤੇ, ਤੁਮ ਪੂਰਨ ਪੁਰਖ ਵਿਧਾਤੇ, ਤੁਮ ਪੂਰਨ ਪੁਰਖ ਵਿਧਾਤੇ। ਰਾਖੋ ਸ਼ਰਣ ਅਨਾਥ ਦੀਨ ਕੋ, ਰਾਖੋ ਸ਼ਰਣ ਅਨਾਥ ਦੀਨ ਕੋ, ਕਰੋ ਹਮਾਰੀ ਗਾਤੇ, ਕਰੋ ਹਮਾਰੀ ਗਾਤੇ, ਕਰੋ ਹਮਾਰੀ ਗਾਤੇ, ਕਰੋ ਹਮਾਰੀ ਗਾਤੇ। ਇਹ ਨਿਸ਼ਾਨੀ ਸਾਧਕੀ, ਇਹ ਨਿਸ਼ਾਨੀ ਸਾਧਕੀ, ਜਿਸ ਪੇਟਤ ਤਰੀਐ, ਜਿਸ ਪੇਟਤ ਤਰੀਐ, ਜਿਸ ਪੇਟਤ ਤਰੀਐ, ਪੇਟਤ ਤਰੀਐ, ਜਿਸ ਪੇਟਤ ਤਰੀਐ, ਪੇਟਤ ਤਰੀਐ, ਜਿਸ ਪੇਟਤ ਤਰੀਐ। ਜਮ ਕੰਕਰ ਨੇੜ ਨਾ ਆਵਈ, ਜਮ ਕੰਕਰ ਨੇੜ ਨਾ ਆਵਈ, ਫਿਰ ਬੋਹੜ ਨਾ ਮਰੀਐ, ਬੋਹੜ ਨਾ ਮਰੀਐ, ਫਿਰ ਬੋਹੜ ਨਾ ਮਰੀਐ, ਫਿਰ ਬੋਹੜ ਨਾ ਮਰੀਐ, ਬੋਹੜ ਨਾ ਮਰੀਐ, ਫਿਰ ਬੋਹੜ ਨਾ ਮਰੀਐ, ਧੰਨ ਬਾਬਾ ਆਨੰਦ ਸਿੰਘ ਜੀ, ਧੰਨ ਬਾਬਾ ਆਨੰਦ ਸਿੰਘ ਜੀ, ਧੰਨ ਧੰਨ ਬਾਬਾ ਆਨੰਦ ਸਿੰਘ ਜੀ, ਧੰਨ ਧੰਨ ਬਾਬਾ।
ਨੰਦ ਸਿੰਘ ਜੀ ਬਾਬਾ 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 ਨੰਦ ਸਿੰਘ ਜੀ ਸੰਤ ਸ਼ਰਨ ਜੋ ਜਨ ਪਰੈ 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 ਸੋ ਜਨ ਉਦਰਨ ਹਾਰ ਸੋ ਜਨ ਉਦਰਨ ਹਾਰ ਸੋ ਜਨ ਉਦਰਨ ਹਾਰ ਸੋ ਜਨ ਉਦਰਨ ਹਾਰ ਬਾਬਾ ਨੰਦ ਸਿੰਘ ਜੀ 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 ਜਿਨ੍ਹਾਂ ਸਾਸ ਕੀ ਰਾਸ ਨਾ ਵਿਸਰੈ 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 ਬਾਬਾ ਨੰਦ ਸਿੰਘ ਜੀ ਬਾਬਾ ਨੰਦ ਸਿੰਘ ਜੀ ਬਾਬਾ ਨੰਦ ਸਿੰਘ ਜੀ ਬਾਬਾ ਨੰਦ ਸਿੰਘ ਜੀ ਜਿਨ੍ਹਾਂ ਸਾਸ ਕੀ ਰਾਸ ਨਾ ਵਿਸਰੈ 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 ਹਰ ਨਾਮ ਮਨ ਮੰਤ ਵਾਹਿਗੁਰੂ 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 ਸੇਵਾ ਕੋ ਇੱਕ ਸੰਤ ਇੱਕ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਿਰਪਾ ਸੁਆਮੀ ਮੇਰੇ ਹੋ ਕਿਰਪਾ ਸੁਆਮੀ ਮੇਰੇ ਹੋ ਕਿਰਪਾ ਸੁਆਮੀ ਮੇਰੇ ਹੋ ਕਿਰਪਾ ਸੁਆਮੀ ਮੇਰੇ ਸੰਤਾਂ ਸੰਗ ਵਿਹਾਵੇ 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 ਹੋ ਹੋ ਕਿਰਪਾਲ ਸੁਆਮੀ ਮੇਰੇ ਹੋ ਕਿਰਪਾਲ ਸੁਆਮੀ ਮੇਰੇ ਸੰਤਾਂ ਸੰਗ ਵਿਹਾਵੇ ਸੰਤਾਂ ਸੰਗ ਵਿਹਾਵੇ ਸੰਤਾਂ ਸੰਗ ਵਿਹਾਵੇ ਸੰਤਾਂ ਸੰਗ ਵਿਹਾਵੇ ਮੇਰੇ ਸੰਤਾਂ ਸੰਗ ਵਿਹਾਵੇ ਸੰਤਾਂ ਸੰਗ ਵਿਹਾਵੇ ਸੰਤਾਂ ਸੰਗ ਵਿਹਾਵੇ ਸੰਤਾਂ ਸੰਗ ਵਿਹਾਵੇ ਬੰਧਨ ਖੋਲਨ ਸੰਤ ਦੂਤ ਬੰਧਨ ਖੋਲਨ ਸੰਤ ਦੂਤ ਬੰਧਨ ਖੋਲਨ ਸੰਤ ਬੰਧਨ ਖੋਲਨ ਸੰਤ ਬੰਧਨ ਖੋਲਨ ਸੰਤ ਸਭ ਜਾਏ ਛਪ ਦੂਤ ਸਭ ਜਾਏ ਛਪ ਦੂਤ ਸਭ ਜਾਏ ਛਪ ਦੂਤ ਸਭ ਜਾਏ ਛਪ ਜਨਮ ਮਰਨ ਪੋ ਕੱਟੀਐ ਜਨਮ ਮਰਨ ਪੋ ਕੱਟੀਐ ਜਪ ਜਨ ਕਾ ਸ਼ਬਦ ਜਪ ਜਨ ਕਾ ਸ਼ਬਦ ਜਪ ਜਨ ਕਾ ਸ਼ਬਦ ਜਪ ਸੰਤਾਂ ਸੰਗ ਵਿਹਾਵੇ 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 ਧੰਨ ਗੁਰੂ ਨਾਨਕ ਦੇਵ ਸਾਹਿਬ ਜੀ 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 ਦਾਨ ਦੇ ਦਾਨ ਦੇ ਦਾਨ ਦੇ ਦਾਨ ਦੇ ਸਾਧੂ ਕੀ ਤੂਰਾ 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 ਐਸੀ ਕਿਰਪਾ ਮੋਹੇ ਕਰੋ ਐਸੀ ਕਿਰਪਾ ਮੋਹੇ ਕਰੋ ਐਸੀ ਕਿਰਪਾ ਮੋਹੇ ਕਰੋ ਸੰਤੈ ਚਰਨ ਹਮਾਰੋ ਮਾਤਾ ਸੰਤੈ ਚਰਨ ਹਮਾਰੋ ਮਾਤਾ ਨੰਦ ਸਿੰਘ ਜੀ ਬਾਬਾ ਨੰਦ ਸਿੰਘ ਜੀ ਬਾਬਾ ਨੰਦ ਸਿੰਘ ਜੀ ਬਾਬਾ ਨੰਦ ਸਿੰਘ
ਬਾਬਾ ਨੰਦ ਸਿੰਘ ਜੀ, ਬਾਬਾ ਨੰਦ ਸਿੰਘ ਜੀ, ਬਾਬਾ ਨੰਦ ਸਿੰਘ ਜੀ, ਬਾਬਾ ਨੰਦ ਸਿੰਘ ਜੀ, ਸੰਤ ਚਰਨ ਹਮਾਰੋ ਮਾਥਾ, ਸੰਤ ਚਰਨ ਹਮਾਰੋ ਮਾਥਾ, ਹਮਾਰੋ ਮਾਥਾ, ਹਮਾਰੋ ਮਾਥਾ, ਹਮਾਰੋ ਮਾਥਾ, ਹਮਾਰੋ ਮਾਥਾ, ਨੈਣ ਦਰਸ ਤਨ ਤੂਰ ਪਰੋ, ਨੈਣ ਦਰਸ ਤਨ ਤੂਰ ਪਰੋ, 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 ਕਿਰਪਾ ਮੋਹਿ ਕਰੋ, 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 ਮੇਰੇ ਧੰਨ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਨਾਨਕ ਜੀ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਨਾਨਕ ਜੀ, ਮੇਰੇ ਧੰਨ ਬਾਬਾ ਨਾਨਕ, ਧੰਨ ਬਾਬਾ ਨਾਨਕ, ਧੰਨ ਬਾਬਾ ਨਾਨਕ, ਨਾਨਕ ਜੀ, ਧੰਨ ਬਾਬਾ ਨਾਨਕ, ਧੰਨ ਬਾਬਾ ਨਾਨਕ, ਧੰਨ ਬਾਬਾ ਨਾਨਕ, ਨਾਨਕ ਜੀ, ਕਰ ਕਿਰਪਾ, ਕਰ ਕਿਰਪਾ, ਕਰ ਕਿਰਪਾ, ਕਰ ਕਿਰਪਾ, ਤੂਰ ਦੇਹੋ ਸੰਤਨ ਕੀ, ਦੇਹੋ ਸੰਤਨ ਕੀ, 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 ਸੁਖ ਨਾਨਕ ਇਹੋ ਬਾਛੈ, ਸੁਖ ਨਾਨਕ ਇਹੋ ਬਾਛੈ, ਸੁਖ ਨਾਨਕ ਇਹੋ ਬਾਛੈ, ਸੁਖ ਨਾਨਕ ਇਹੋ ਬਾਛੈ, ਤੂਰ ਦੇਹੋ ਸੰਤਨ ਕੀ, ਦੇਹੋ ਸੰਤਨ ਕੀ, ਤੂਰ ਦੇਹੋ ਸੰਤਨ ਕੀ, ਦੇਹੋ ਸੰਤਨ ਕੀ, ਸਗਲ ਸੰਤਨ ਪੈ ਵਸਤ ਇੱਕ ਮੰਗੋ, ਸਗਲ ਸੰਤਨ ਪੈ ਵਸਤ ਇੱਕ ਮੰਗੋ, ਕਰੋ ਬੇਨੰਤੀ ਮਾਨ ਤੇ ਆਗੋ, ਕਰੋ ਬੇਨੰਤੀ ਮਾਨ ਤੇ ਆਗੋ, ਵਾਰ ਵਾਰ ਜਾਈ ਲਖ ਵਰਿਆ, ਦੇਹੋ ਸੰਤਨ ਕੀ ਤੂੰ ਰਾਜੀ, ਦੇਹੋ ਸੰਤਨ ਕੀ ਤੂੰ ਰਾਜਿਓ, ਦੇਹੋ ਸੰਤਨ ਕੀ ਤੂੰ ਰਾਜਿਓ, ਦੇਹੋ ਸੰਤਨ ਕੀ ਤੂੰ ਰਾਜਿਓ, ਨੰਦ ਸਿੰਘ ਜੀ, ਬਾਬਾ 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 ਨੰਦ ਸਿੰਘ ਜੀ ਵਰਗੇ ਬਿਰਲੇ ਜਗ ਆਉਂਦੇ ਨੇ, ਬਾਬਾ ਨੰਦ ਸਿੰਘ ਜੀ ਵਰਗੇ ਬਿਰਲੇ ਜਗ ਆਉਂਦੇ ਨੇ, ਬਾਬਾ ਨੰਦ ਸਿੰਘ ਜੀ ਵਰਗੇ ਬਿਰਲੇ ਜਗ ਆਉਂਦੇ ਨੇ, ਬਾਬਾ ਨੰਦ ਸਿੰਘ ਜੀ ਵਰਗੇ ਬਿਰਲੇ ਜਗ ਆਉਂਦੇ ਨੇ,
ਆਪੇ ਚੋਲੀਆਂ ਪਰ ਪਰ ਦੇਵੇ ਤੇ ਆਪੇ ਹੀ ਖੁਸ਼ ਹੋਵੇ ਸਦਕੇ ਤੈਥੋਂ ਜਿੰਦੜੀ ਜਾਵੇ ਰਸਨਾ ਇਹੀ ਅਲੋਵੇ ਯਾਰੀ ਜਦੋਂ ਦੀ ਫਕੀਰਾ ਤੇਰੇ ਨਾਲ ਲਾਈਏ ਫਕੀਰਾ ਤੇਰੇ ਨਾਲ ਲਾਈਏ ਮਿਲਿਓ ਦੋ ਨਿਮਾਣਿਆਂ ਨੂੰ ਬਾਦਸ਼ਾਹੀਏ ਯਾਰੀ ਜਦੋਂ ਦੀ ਫਕੀਰਾ ਤੇਰੇ ਨਾਲ ਲਾਈਏ ਉੱਡਦੇ ਕਿੱਥੇ ਸੀ ਔਕਾਤ
ਇਹਨਾਂ ਮੰਜ਼ਰਾਂ ਚ ਉੱਡਦੇ ਕਿੱਥੇ ਸੀ ਉਹ ਕਾਤੇ ਸੀ ਅੰਬਰਾਂ ਚ ਉੱਡਦੇ ਕਿੱਥੇ ਸੀ ਉਹ ਕਾਰ ਇਹਨਾਂ ਮੰਜ਼ਰਾਂ ਚ ਪੁੱਜਦੇ ਰਹਿਣ ਬਹਿਣ ਸਹਿਣ ਅੱਗੇ ਕਹਿਣ ਦਾ ਨਾ ਚੱਜ ਸੀ ਤੂੰ ਵੇਖੇ ਨਾ ਗੁਨਾਹ ਅਸੀਂ ਕੀਤੇ ਰਾਜ ਰਾਜ ਸੀ ਰਹਿਣ ਬਹਿਣ ਸਹਿਣ ਅੱਗੇ ਕਹਿਣ ਦਾ ਨਾ ਚੱਜ ਸੀ ਤੂੰ ਵੇਖੇ ਨਾ ਗੁਨਾਹ ਅਸੀਂ ਕੀਤੇ ਰਾਜ ਰਾਜ ਸੀ ਤੂੰ ਵੇਖੇ ਨਾ ਗੁਨਾਹ ਅਸੀਂ ਕੀਤੇ ਰਾਜ ਰਾਜ ਸੀ ਤੂੰ ਵੇਖੇ ਨਾ ਗੁਨਾਹ ਅਸੀਂ ਕੀਤੇ ਰਾਜ ਰਾਜ ਸੀ ਇਹਨੇ ਲਾਇਕ ਨਹੀਂ ਸੀ ਹੋ ਇਹਨੇ ਲਾਇਕ ਨਹੀਂ ਸੀ ਜਿੰਨੀ ਸਾਨੂੰ ਖੈਰ ਪਾਈਏ ਜਦੋਂ ਦੀ ਫਕੀਰਾ ਤੇਰੇ ਨਾਲ ਲਾਈਏ ਮਿਲਿਓ ਤੋਂ ਨਿਮਾਣਿਆਂ ਨੂੰ ਬਾਦਸ਼ਾਹੀਏ ਯਾਰੀ ਜਦੋਂ ਦੀ ਫਕੀਰਾ ਜਪਾਵੋ ਆਪਣਾ ਆਪ ਜਪਾਵੋ ਆਪ ਜਪਾਏ ਜਪੈ ਸੋਨਾਓ ਆਪ ਜਪਾਏ ਜਪੈ ਸੋਨਾਓ ਆਪ ਗਵਾ ਸੋ ਹਰ ਗੁਣ ਗਾਓ ਆਪ ਗਵਾਏ ਸੋ ਹਰ ਗੁਣ ਗਾਓ ਆਪਣੀ ਭਗਤ ਪ੍ਰਭ ਆਪ ਕਰਾਈ ਆਪ ਕਰਾਈ ਆਪ ਕਰਾਈ ਆਪਣੀ ਭਗਤ ਪ੍ਰਭ ਆਪ ਕਰਾਈ ਆਪ ਕਰਾਈ ਆਪ ਕਰਾਈ ਆਪੇ ਸੇਵਾ ਲਾਏ ਵਾਹਿਗੁਰੂ
ਸੇਵਾ ਲਾਏ, ਆਪੇ ਸੇਵਾ ਲਾਏ, ਆਪੇ ਸੇਵਾ ਲਾਏ। ਸ਼ੁਕਰ ਸ਼ੁਕਰ ਸ਼ੁਕਰਾਨਾ ਹੈ, ਸ਼ੁਕਰ ਸ਼ੁਕਰ ਸ਼ੁਕਰਾਨਾ, ਜਪੀਏ ਨਾਮ, ਜਪੀਏ ਨਾਮ, ਜਪੀਏ ਨਾਮ, ਤੁਮਰੀ ਕਿਰਪਾ ਤੇ ਜਪੀਏ ਨਾਮ, ਜਪੀਏ ਨਾਮ, ਜਪੀਏ ਨਾਮ। ਅਸਾਂ ਜੋਰ ਨਾਹੀਂ, ਅਸਾਂ ਜੋਰ ਨਾਹੀਂ, ਅਸਾਂ ਜੋਰ ਨਾਹੀਂ, ਅਸਾਂ ਜੋਰ ਨਾਹੀਂ। ਜੇ ਕਿਛ ਕਰ ਹਮ ਸਾਕੇ, ਅਸਾਂ ਜੋਰ ਨਾਹੀਂ, ਅਸਾਂ ਜੋਰ ਨਾਹੀਂ। ਜੇ ਕਿਛ ਕਰ ਹਮ ਸਾਕੇ, ਅਸਾਂ ਜੋਰ ਨਾਹੀਂ, ਅਸਾਂ ਜੋਰ ਨਾਹੀਂ। ਤੁਮਰੀ ਕਿਰਪਾ ਤੇ ਜਪੀਏ ਨਾਮ, ਤੁਮਰੀ ਕਿਰਪਾ ਤੇ ਜਪੀਏ ਨਾਮ। ਵਾਹਿਗੁਰੂ ਤੇਰਾ ਸ਼ੁਕਰ ਹੈ, ਵਾਹਿਗੁਰੂ ਤੇਰਾ ਸ਼ੁਕਰ ਹੈ, ਵਾਹਿਗੁਰੂ ਤੇਰਾ ਸ਼ੁਕਰ ਹੈ, ਵਾਹਿਗੁਰੂ ਤੇਰਾ ਸ਼ੁਕਰ ਹੈ। ਥੋੜੀ ਵੱਡੀ ਵੱਡਾ ਪਾਰ ਤੇਰਾ ਮਰਤਬਾ, ਰੰਗ ਪਰੰਗਾ ਨੇਕ ਨਾ ਜਾਪਨ ਕਰਤਬਾ, ਜੀਆਂ ਤਾਂ ਜੀਓ ਸਕ ਜਾਣਨਾ, ਸਕ ਤੇਰਾ ਵਸ ਤੇਰਾ ਕਰ ਭਲਾ, ਤੇਰਾ ਕਰ ਆਨੰਦ ਵਧਾਈ ਤੁਧ ਕਰ, ਮਾਣ ਮਹੱਤਾ ਤੇ ਜੇ ਆਪਣਾ ਆਪ ਜਰ, ਸਰਵ ਕਲਾ ਭਰਪੂਰ ਜਿਸੈ ਜਗਤ ਕਾ, ਨਾਨਕ ਦਾਸ ਦਾਸ ਤੂੰ ਆਗੇ ਬਿਨਵਤਾ। ਸਿੱਖੋ ਸ਼ਬਦ ਪਿਆਰ ਜਨਮ ਮਰਨ ਕੀ ਟੇਕ, ਮੁਖੋ ਜਲ ਸਦਾ ਸੁਖੀ ਨਾਨਕ ਸਿਮਰਤ ਏਕ, ਮੁਖੋ ਜਲ ਸਦਾ ਸੁਖੀ ਨਾਨਕ ਸਿਮਰਤ ਏਕ, ਮੁਖੋ ਜਲ ਸਦਾ ਸੁਖੀ ਨਾਨਕ ਸਿਮਰਤ ਏਕ। ਰਾਮ ਕਲੀ ਸਤਿਗੁਰੂ ਪ੍ਰਸਾਦ ਆਨੰਦ ਪਾਇਆ ਮੇਰੇ ਮਨ, ਸਤਿਗੁਰੂ ਮੈਂ ਪਾਇਆ, ਸਤਿਗੁਰ ਦਾ ਪਾਇਆ ਸਹਿ ਸੇਤੀ ਮਨ ਦੀਆਂ ਵਧਾਈਆਂ, ਆਪ ਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ, ਸ਼ਬਦ ਗਾਵੋ ਹਰੀ ਗੇਰਾ ਮਨ ਜਿਨੀ ਵਸਾਇਆ, ਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰੋਹ ਨਾਲੇ, ਨਾਲ ਹੋ ਤੂੰ ਮਨ ਮੇਰੇ ਤੂੰ ਸਭ ਵਿਸਾਰਣਾ, ਕਾਰੋ ਕਰੇ ਤੇਰਾ ਕਾਰ ਸਭ ਸਵਾਰਨਾ, ਮੰਗਲਾ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ, ਹੈ ਨਾਨਕ ਮਨ ਮੇਰੇ ਸਦਾ ਰੋਹ ਨਾਲੇ। ਸਾਚੇ ਸਾਹਿਬ ਕਿਆ ਨਹੀਂ ਕਰ ਤੇਰੇ, ਅਦਾ ਮੇਰੇ ਸਭ ਜੈ ਜਿਸੇ ਸੋ ਪਾਵੇ, ਤੇਰਾ ਸਿੱਖ ਸਾਲਾਹ ਤੇ ਨਾਮ ਮਨ ਵਸਾਵੇ, ਨਾਮ ਜੇ ਕੈ ਮਨ ਵਸਿਆ ਵਾਜੇ ਸ਼ਬਦ ਗਨੇਰੇ, ਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰ, ਸਾਚਾ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਇਆ, ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ, ਸਦਾ ਗੁਰਬਾਣੀ ਦਾ ਗੁਰ ਮਿਟੋ ਜਿਸ ਆਏ ਵਡਿਆਈਆਂ, ਹੈ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਜ ਸ਼ਬਦ ਦੇ ਕਰ ਸਵਾਗੇ, ਕਰ ਸਵਾਗੇ ਸ਼ਬਦ ਵਾਜੇ ਕਲਾ ਜਿਸ ਕਰਤਾਰੀਆ, ਪੰਜ ਦੋਤ ਤੁਦ ਵਸ ਕੀਤੇ ਕਾਲ ਕੰਟ ਮਾਰਿਆ, ਤੂੰ ਕਰਮ ਪਾਇਆ ਤੁਝੇ ਕੋ ਸੇ ਨਾਮ ਕੇ ਲਾਗੇ, ਹੈ ਨਾਨਕ ਤੈ ਸੁਖੋ ਆਦਿਤ ਕਰ ਅਨੰਦ ਬਾਜੇ,
ਕਿਰਪਾ ਕੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਤੇ ਸਗਲ ਵਿਸੂਰੇ ਤੂੰ ਕਰੋ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਦੇ ਪੂਰੇ ਬੁੱਤੇ ਜਾਣੀ ਸੁਣਤੇ ਪੁਨੀ ਕਹਤੇ ਪਵੇ ਸਤਗੁਰੇ ਆਪਰ ਪੂਰੇ ਮਾਤਾ ਨ ਗੁਰ ਚਰਨ ਲਾਗੇ ਵਾਜੇ ਅੰਨ ਤੁਰੇ ਸਲੋਕ ਪਾਣ ਗੁਰੂ ਪਾਣੀ ਪਿਤਾ ਮਾਤਾ ਤਤਵਾਦ ਦੂਸਰਾ ਦੋਇ ਦਾਈ ਦਾਇਆ ਖੇਲੇ ਸਗਲ ਜਗਤ ਆਇਆ ਬੁਰਿਆਇਆ ਵਾਚੇ ਕਰਮ ਦੂਰ ਕਰਨੀ ਆਪੋ ਆਪਣੀ ਇਹਨੇ ੜਕੇ ਦੂਰ ਜਿਹਨੇ ਨਾਮ ਤੇ ਆਇਆ ਗਏ ਮੁਸ਼ਕਲ ਕਾਲ ਨਾਨਕ ਦੇ ਮੁਖ ਉਜਲੇ ਇਹਦੀ ਛੁੱਟੀ ਨਾਲ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਤੂੰ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਕਨੇਰੇ ਕੋਏ ਨ ਜਾਣੇ ਤੁਮਰਾ ਅੰਤ ਉਚੇ ਤੇ ਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਤ ਮਿਤ ਤੁਮ ਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਬੋਲਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ ਅਰਦਾਸ ਤਿੰਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ ਤਾ ਕੋ ਬਿਗਨ ਨਾ ਕੋ ਲਾਗੈ ਚਾਕੀ ਪ੍ਰਭ ਆਗੇ ਅਰਦਾਸ ਅਰਦਾਸ ਇੱਕੋ ਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗੋਤੀ ਜੀ ਸਹਾਏ ਵਾਰ ਸ਼੍ਰੀ ਭਗੋਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗੋਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਾਇ ਸ਼੍ਰੀ ਹਰ ਕ੍ਰਿਸ਼ਨ ਜੀ ਤੇ ਆਈਏ ਜਿਸ ਡਿੱਠੇ ਸਭ ਦੁੱਖ ਜਾਏ ਤੇ ਇੱਕ ਬਹਾਦਰ ਸਿਮਰਿਆ ਘਰ ਨੋਂ ਨਿਦਾਵੇ ਤਾਏ ਸਭ ਥਾਈਂ ਹੋਏ ਜਿਸ ਆਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਉਹ ਸਭ ਥਾਈਂ ਹੋਏ ਜੀ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਧੰਨ ਧੰਨ ਪਿਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਨ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਗੁਰਮੁਖਾਂ ਨੇ ਆਪ ਜੀ ਦਾ ਪਵਿੱਤਰ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ
ਤੇਗ ਵਾਹੀ ਦੇਖ ਕੇ ਅੰਡਿਤ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲਣਾ ਜੀ। ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ ਚ ਰੱਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਦਿੱਤੀਆਂ ਪਰ ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾ ਸੰਗ ਨਿਭਾਈ, ਤਿੰਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲਣਾ ਜੀ। ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲਣਾ ਜੀ। ਪ੍ਰਿਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬਤ ਖਾਲਸਾ ਜੀ ਕੋ ਵਾਹਿਗੁਰੂ, 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 ਨਾਮ ਚਿਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਏ ਦੇਖ ਦੇਖ ਫਤਿਹ, ਬਿਧ ਕੀ ਪੈਜ ਪੰਥ ਕੀ ਜੀ, ਸ਼੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ ਬੋਲਣਾ ਜੀ। ਸਿੱਖਾਂ ਨੂੰ ਬਖਸ਼ੋ ਜੀ ਉਹ ਸਿੱਖੀ ਦਾਨ, ਕੇਸ ਦਾਨ, ਰਹਿਤਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ ਬੋਲਣਾ ਜੀ। ਸਿੱਖਾਂ ਦਾ ਹੋਵੇ ਜੀ ਮਨ ਨੀਵਾਂ, ਮਤ ਉੱਚੀ, ਮਤ ਪਤ ਦੇ ਰਾਖੇ ਹੇ ਅਕਾਲ ਪੁਰਖ ਵਾਹਿਗੁਰੂ ਜੀਓ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਜ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਸਿੱਖ ਪੰਥ ਵਿਛੜ ਚੁੱਕਾ ਹੈ, ਤਿੰਨਾਂ ਕੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀਓ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਜੀ, ਨਿਤਾਣਿਆਂ ਦੇ ਤਾਣ ਸਤਿਗੁਰੂ ਜੀ, ਨਿਓਟਿਆਂ ਦੀ ਓਟ ਸਤਿਗੁਰੂ ਜੀ, ਨਿਆਸਰਿਆਂ ਦੇ ਆਸਰੇ ਸਤਿਗੁਰੂ ਜੀ, ਨੇ ਪੱਤਿਆਂ ਦੀ ਪੱਤ ਸਤਿਗੁਰੂ ਜੀ, ਨੇ ਗੱਤਿਆਂ ਦੀ ਗੱਤ ਸਤਿਗੁਰੂ ਜੀ, ਨੇ ਧਰਿਆਂ ਦੇ ਧਰ ਸਤਿਗੁਰੂ ਜੀ, ਨੇ ਜ਼ੋਰਿਆਂ ਦੇ ਜ਼ੋਰ, ਧੰਨ ਧੰਨ ਪਿਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦਾ ਕੋਟਾਨ ਕੋਟ ਸ਼ੁਕਰ 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 ਮਹਾਰਾਜ, ਆਪ ਜੀ ਨੇ ਇਹ ਭਲੇ ਸਮੇਂ ਬਖਸ਼ੇ ਹਨ ਸੱਚੇ ਪਾਤਸ਼ਾਹ ਜੀਓ, ਕਿਰਪਾ ਵਰਤਾਈਏ ਆਪਣੇ ਸਤਸੰਗ ਦੇ ਪਹਿਰੇ ਮੰਡਲ ਸਜਾਏ ਹਨ ਸੱਚੇ ਪਾਤਸ਼ਾਹ ਜੀਓ, ਆਪ ਜੀ ਨੇ ਆਪਣੇ ਪ੍ਰਤੱਖ ਦਰਸ਼ਨ ਦੀਦਾਰੇ ਬਖਸ਼ੇ ਹਨ ਗੁਰੂ ਸਾਹਿਬ ਜੀਓ, ਆਪ ਜੀ ਨੇ ਆਪਣੀ ਨਿੱਘੀ ਗੋਦ ਦਾ ਆਨੰਦ ਬਖਸ਼ਿਆ ਹੈ, ਆਪਣੀ ਗੋਦ ਵਿੱਚ ਬਿਠਾ ਕੇ ਆਪ ਜੀ ਨੇ ਗੁਰ ਸ਼ਬਦ ਦੇ ਜਾ, ਗੁਰ ਵਿਚਾਰਾਂ, ਛੇ ਪੁੜੀਆਂ ਆਨੰਦ ਸਾਹਿਬ ਜੀ ਦੀ ਆਪ ਜੀ ਨੇ ਤਰਸ ਕਰਕੇ ਸੇਵਾ ਲਈ ਹੈ, ਬਾਣੀ ਪੜ੍ਹਦਿਆਂ ਸੁਣਦਿਆਂ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ, ਖਿਨ ਖਿਨ ਭੁੱਲਣ ਹਾਰ ਹਾਂ ਗੁਰੂ ਪਿਤਾ ਜੀ, ਬਖਸ਼ ਲੈਣਾ ਪਾਤਸ਼ਾਹ ਜੀ ਉਹ ਸਾਡੇ ਔਗਣਾਂ ਨੂੰ ਨਾ ਚਿਤਾਰਨਾ, ਗੁਰੂ ਸਾਹਿਬ ਐਸੀ ਕਿਰਪਾ ਵਰਤਾਓ ਆਪਣੇ ਪਿਆਰਿਆਂ ਦੇ ਸੰਗ ਹੇਠ ਰੱਖਣਾ, ਬਾਬਾ ਜੀ ਉਹ ਆਪ ਜੀ ਨੇ ਮੇਰਾ ਵਰਤਾਈਆਂ ਹਨ, ਬੜੇ ਹੀ ਕਰਾਮਾਤਾਂ ਬਾਬਾ ਆਨੰਦ ਸਿੰਘ ਜੀ ਆਪ ਜੀ ਨੇ ਕਿਰਪਾ ਵਰਤਾ ਕੇ ਬੜਿਆਂ ਦੇ ਜੀਵਨ ਸੁਧਾਰੇ ਹਨ, ਸਤਿਗੁਰੂ ਕਿਰਪਾ ਕਰੋ ਬਾਬਾ ਆਨੰਦ ਸਿੰਘ ਜੀ, ਆਪ ਜੀ ਮਿਹਰ ਕਰੋ ਸਾਡੇ ਸਾਰੇ ਔਗਣਾਂ ਨੂੰ ਨਾ ਚਿਤਾਰਦਿਆਂ ਹੋਇਆਂ, ਸਾਨੂੰ ਵੀ ਗੁਰੂ ਦੇ ਨਾਲ ਪ੍ਰੀਤ ਪਾਉਣ ਦੀ ਆਪ ਹੀ ਸੁਮਤ ਬਖਸ਼ੋ, ਆਪ ਹੀ ਮੇਰਾ ਵਰਤਾ ਕੇ ਗੁਰੂ ਦੇ ਨਾਲ ਪਿਆਰ ਬਖਸ਼ੋ ਸੱਚੇ ਪਾਤਸ਼ਾਹ, ਪ੍ਰੇਮਾ ਭਗਤੀ ਬਖਸ਼ੋ, ਅੰਗ ਸੰਗ ਹੋ ਕੇ ਬਾਬਾ ਜੀ ਉਹ ਆਪ ਵਰਤਣਾ, ਮੇਰਾ ਵਰਤਾਉਣਾ ਤਰਸ ਬਣਾਈ ਰੱਖਣਾ, ਆਪਣੇ ਦਰੋਂ ਕਰੋਂ ਸਿੱਖੀ ਸਿੱਧਕ ਭਰੋਸਾ, ਨਾਮ ਦੀ ਦਾਤ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣਾ ਜੀਓ, ਆਪ ਜੀ ਦੀ ਵਰਸਾਈ, ਭਾਈ ਦਿਆ ਸਿੰਘ ਜੀ ਨਿਸ਼ਕਾਮ ਸਤਸੰਗ ਸਭਾ ਦੇ ਚਾਰੇ ਸਾਰੇ ਕਾਰਜਾਂ ਵਿੱਚ ਗੁਰੂ ਸਾਹਿਬ ਆਪ ਸਾਈ ਹੋਣਾ, ਸਭਾ ਦੇ ਮੁਖੀ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਨੂੰ ਪੂਰਨ ਦੀ ਰੋਗਤਾ ਦੇ ਦਾਨ ਬਖਸ਼ਣਾ, ਹੋਰ ਕਿਰਪਾ ਵਰਤਾਉਣਾ ਬਾਬਾ ਜੀ ਉਹ ਹਰ ਦੀਵਾਨ ਹਰ ਮੈਦਾਨ ਫਤਿਹ ਬਖਸ਼ਣਾ,
ਅੰਗ ਸੰਗ ਹੋ ਕੇ ਵਰਤਣਾ ਸਤਿਗੁਰੂ ਜੀਓ। ਅੱਜ ਇਹਨਾਂ ਜਿਹਨਾਂ ਪ੍ਰੇਮੀਆਂ ਨੇ ਕੀਰਤਨ ਦੀ ਸੇਵਾ ਝੋਲੀ 'ਚ ਪਵਾਈ ਹੈ, ਮਹਾਰਾਜ ਨਾਵਾਂ ਥਾਵਾਂ ਤੋਂ ਜਾਣੀ ਜਾਣ ਹੋ, ਸੇਵਾ ਦਰ ਪ੍ਰਵਾਨ ਕਰਨਾ, ਹਾਜ਼ਰੀ ਦਰ ਪ੍ਰਵਾਨ ਕਰਨਾ ਸਤਿਗੁਰੂ ਮੇਰਾ ਵਰਤਾਉਣਾ। ਆਪ ਜੀ ਦੇ ਹਜ਼ੂਰ ਪੰਚਮ ਕੜਾ ਪ੍ਰਸ਼ਾਦੀ ਦੇ ਸੱਚ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਏ, ਪ੍ਰਵਾਨਿਆ ਹੋਇਆ ਪ੍ਰਸ਼ਾਦ ਆਪ ਜੀ ਦੀ ਲਾਡਲੀਆਂ ਸੰਗਤਾਂ 'ਚ ਵਰਤੇ ਜੀ। ਜੋ ਜੀ ਛਕੇ ਆਪ ਜੀ ਦਾ ਪਵਿੱਤਰ ਪਿਆਰਾ ਨਾਮ ਸਤਿਨਾਮ ਸ਼੍ਰੀ ਵਾਹਿਗੁਰੂ ਜਪੇ। ਇਸ ਸਮੇਂ ਆਪ ਜੀ ਆਪਣੇ ਇਲਾਹੀ ਦਰਗਾਹੀ ਹੁਕਮਨਾਮੇ ਬਖਸ਼ਣਾ, ਹੁਕਮਨਾਮੇ 'ਤੇ ਚੱਲਣ ਸਮਝਣ ਉਸ ਉੱਪਰ ਜੀਵਨ ਢਲ ਜਾਵੇ, ਐਸੀ ਮਿਹਰਮਤ ਕਰਨਾ ਜੀਓ। ਅੱਖਰ ਵਾਧਾ ਘਾਟਾ ਪੜਿਆ ਪੁਲਜੁਗ ਮਾਫ਼ ਕਰਨੀ, ਸਰਬਤ ਦੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਇਰਾ ਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਚ ਹੈ। ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ, ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ, ਬੋਲੇ ਸੋਨੇਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਹੋ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸ਼ਰਨਾਏ ਜੀਓ, ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ। ਸੁਖ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ, ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁੱਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੁਹੀ ਮਹਿਲਾ ਪੰਜਵਾਂ, ਗੁਰਪੂਰੇ ਜਬ ਪਏ ਦਿਆਲ, ਦੁੱਖ ਬਿਨਸੇ ਪੂਰਨ ਪਈ ਕਾਲ। ਗੁਰਪੂਰੇ ਜਬ ਪਏ ਦਿਆਲ, ਦੁੱਖ ਬਿਨਸੇ ਪੂਰਨ ਪਈ ਕਾਲ। ਪੇਖ ਪੇਖ ਜੀਵਾ ਦਰਸ ਤੁਮਾਰਾ, ਚਰਨ ਕਮਲ ਜਾਈ ਬਲਿਹਾਰਾ, ਤੁਝ ਬਿਨ ਠਾਕੁਰ ਕਵਨ ਹਮਾਰਾ। ਰਹਾਓ ਸਾਧ ਸੰਗਤ ਸਿਓ ਪ੍ਰੀਤ ਬਣ ਆਈ, ਪੂਰਬ ਕਰਮ ਲਿਖਤ ਤੁਰ ਪਾਈ। ਜਪ ਹਰ ਹਰ ਨਾਮ ਅਚਰਜ ਪ੍ਰਤਾਪ, ਜਾਲ ਨਾ ਸਕੈ ਤੀਨੇ ਤਾਪ। ਨਿਮਖ ਨਾ ਬਿਸਰੈ ਹਰ ਚਰਨ ਤੁਮਾਰੇ, ਨਾਨਕ ਮੰਗੈ ਦਾਨ ਪਿਆਰੇ।
ਨਿਮਖ ਨਾ ਬਿਸਰੈ ਹਰ ਚਰਨ ਤੁਮਾਰੇ। ਨਾਨਕ ਮੰਗੈ ਦਾਨ ਪਿਆਰੇ।